ਆ ਰਹੀ ਹੈ ਦੋ ਟੀਮਾਂ ਦੇ ਵਿਚਕਾਰ ਕਿ ਸਿੰਘ ਹਸਨੀ ਕੁੜੀਆਂ ਦੇ ਮੈਚ ਕਬੱਡੀ ਦਾ ਹੁਣ ਹੋਣਾ ਪਿੰਡ ਲਿਸ਼ਕਰ ਮੁੰਡਿਆਂ ਦੇ ਸਾਹਮਣੇ ਹਿੰਗੜਾ ਜੋਰ ਲਾਉਣਾ ਉਹਨੇ ਢੇਡ ਦੇ ਸਾਹਾਂ ਦੇ ਖੜ ਕੇ ਤੱਕੂ ਕੁੱਲ ਜਵਾਨਾਂ ਮੈਚ ਹੋਈ ਖੇਡਣਗੇ ਜਿਹਨਾਂ ਦੇ ਬਾਲਿਆ ਪੱਕਾ ਜਾਣਾ ਪਹਿਲੀ ਜਿਹੜੀ ਕਬੱਡੀ ਪੈ ਚੁੱਕੀ ਹੈ ਮਾਣ ਕੇ ਸਾਧੂ ਦੀ ਤਰਫੋਂ ਨੌਜਵਾਨ ਗੱਭਰੂ ਖੇਡ ਮੈਦਾਨ ਵਿੱਚ ਕਬੱਡੀ ਪਾਉਂਦਾ ਹੋਇਆ ਆਹ ਗੱਭਰੂ ਕਹਿੰਦੇ ਵੀ ਢੱਲਾ ਵਾਲਾ ਹੈ ਸੋਨਾ ਕਹਿੰਦੇ ਆ ਰਿਚਮਿੰਟ ਦੀ ਟੀਮ ਨੇ ਕੈਨੇਡਾ ਦੀ ਧਰਤੀ ਤੇ ਧੁੰਮਾ ਪਾਇਆ ਇੱਕ ਬਾਰੇ ਆਜ਼ਾਦ ਕਬੱਡੀ ਕਲੱਬ ਹਰਮਿੰਦਰ ਢਾਲਕਲਾਂ ਦੀ ਟੀਮ ਦਾ ਬਹੁਤ ਹੀ ਤਗੜਾ ਜਾਫੀ ਹੈ ਤਾੜੀਆਂ ਮਾਰਦੇ ਤਸਵੀਰੇ ਬਹੁਤ ਹੀ ਤਗੜਾ ਜਾਫਾ ਇਹਨੂੰ ਕਹਿੰਦੇ ਵੀ ਸਾਧਾ ਵਾਲਾ ਭੇੜ ਤੇ ਤੁਹਾਨ ਜਿਹੜਾ ਜਾ ਜੜਿਆ ਨਾ ਜੋ ਰੱਦੀ ਵਾਲੀ ਵੀਹ ਦੀ ਟੀਮ ਇਹ ਸੀ ਲਓ ਸਾਹਮਣੇ ਦੇਖਦੇ ਇਹ ਕਹਿੰਦੇ ਵੀ ਰੱਦੀ ਵਾਲੀ ਜਰਨੈਲ ਸਿੰਘ ਦਾ ਪੋਤਾ ਜੀ ਨੇ ਹੋਰ ਕਬੱਡੀ ਪਾਈ ਹੈ ਲਓ ਦੇਖਦੇ ਵੀ ਟਿੱਕਾ ਰੱਦੀ ਵਾਲੇ ਪਿੰਡ ਦਾ ਕਬੱਡੀ ਕਬੱਡੀ ਕਰਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਓ ਦੇਖਦੇ ਵੀ ਮਾਰੂ ਕੋਈ ਸਿੱਧੂ ਵਾਲੇ ਵਿਹੜੇ ਬੋਲਿਆ ਹੋਇਆ ਧਾਵਾ ਇੱਕ ਪਾਸੇ ਮੁੱਠ ਫੁੱਟ ਗੱਭਰੂ ਹੈ ਦੂਜੇ ਪਾਸੇ ਕਹਿੰਦੇ ਵੀ ਉੱਚਾ ਬੰਦਾ ਗੱਭਰੂ ਲਓ ਪੁਆਇੰਟ ਜਿਹੜਾ ਕਹਿੰਦੇ ਵੀ ਰੱਦੀ ਵਾਲੇ ਦੀ ਟੀਮ ਦੇ ਹਿੱਸੇ ਖੇਡਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੁਣ ਚਾਰ ਜਾਫੀ ਰੱਦੀ ਵਾਲੇ ਪਿੰਡ ਦੇ ਹੈ ਰੱਦੀ ਵਾਲਾ ਪਿੰਡ ਕਹਿੰਦੇ ਵੀ ਗੁਜਰਾਤ ਪੱਪੀ ਦਾ ਪਿੰਡ ਹੈ ਖੇਤਰ ਗੋਡੇ ਨੇ ਕਬੱਡੀ ਖੇਡੀ ਹੈ ਸਾਹਮਣੇ ਕਬੱਡੀ ਖੇਡੀ ਹੈ ਸ਼ਿਕੰਦਰ ਸਿੰਘ ਨੇ ਕਬੱਡੀ ਖੇਡੀ ਹੈ ਨਾਲ ਕਹਿੰਦੇ ਵੀ ਪਿੱਤਰ ਨੇ ਕਬੱਡੀ ਖੇਡੀ ਹੈ ਭਿੱਦੇ ਨੇ ਕਬੱਡੀ ਖੇਡੀ ਖਿਡਾਰੀਆਂ ਦਾ ਪਿੰਡ ਹੈ ਲਓ ਦੇਖਦੇ ਵੀ ਚਾਰ ਜਾਫੀ ਇੱਕ ਪਾਸੇ ਨੌਜਵਾਨ ਕਹਿੰਦੇ ਵੀ ਪੁੱਤ ਸਰਪੰਚਾਂ ਦਾ ਤੇ ਦੂਜੇ ਪਾਸੇ ਦਾ ਦੋ ਨੰਬਰ ਤੋਂ ਕਹਿੰਦੇ ਵੀ ਆਹ ਜੁਗਰਾਜ ਪੱਪੀ ਦਾ ਭਤੀਜਾ ਚਿਹਰਾ ਰੱਜੀ ਵਾਲੇ ਪਿੰਡ ਦਾ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਰੱਜੀ ਵਾਲੀ ਟੀਮ ਦੇ ਲਈ ਬਹੁਤ ਹੀ ਤਕੜਾ ਇਸ ਏਰੀਏ ਦਾ ਮਾਣ ਹੈ ਇਸ ਪਿੰਡ ਦਾ ਮਾਣ ਹੈ ਸੋਨੋ ਇਸ ਵੇਲੇ ਰੱਦੀ ਵਾਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਗੁੰਦਿਆ ਸਰੀਰ ਲਸ਼ਸ ਕਰਦੀ ਹੋਈ ਜਵਾਨੀ ਗੱਭਰੂ ਦੀ ਲੋੜੇ ਦਾ ਸਰੂਰ ਹੈ ਇਸ ਨੌਜਵਾਨ ਗੱਭਰੂ ਦੇ ਉੱਪਰ ਔਰ ਖੇਡ ਮੈਦਾਨ ਵਿੱਚ ਵਿਆਦਬੰਦੀ ਕਰਦਾ ਹੋਇਆ ਖੇਡ ਦਾ ਪੁੱਠੀ ਪੈ ਚੁੱਕੀ ਹੈ ਇਹ ਵੀਸਾ ਨੌਜਵਾਨਾਂ ਉਧਰਲੇ ਬੰਨੇ ਕਹਿੰਦੇ ਵੀ ਪੁੱਠੀ ਜਦੋਂ ਪੈਂਦੀ ਹੈ ਕੋਈ ਫਿਰਲਾ ਖਿਡਾਰੀ ਸੋ ਭਾਈਦਾ ਹੈ ਖੇਡ ਮੈਦਾਨ ਵਿੱਚ ਔਰ ਆਪਣੇ ਕੰਧ ਚੀਨ ਦੀ ਕੰਧ ਜਹੀ ਮਜ਼ਬੂਤੀ ਨਹੀਂ ਕਿ ਪਹਿਲੇ ਪੁੱਠੀ ਦੀ ਉਧਰੋਂ ਐਸੀ ਗੱਲ ਕਸੂਤੀ ਨਹੀਂ ਪਹਿਲੀ ਕਬੱਡੀ ਤੇ ਪਹਿਲਾ ਜੱਫਾ ਖਾ ਬੈਠਾ ਹੈ ਇਹ ਨੌਜਵਾਨ ਗੱਭਰੂ ਗੱਲ ਵੀ ਲਾਈ ਜਾਂਦਾ ਕਹਿੰਦੇ ਤਿਆਰੀ ਫੋਨ ਲਾ ਜਾਂਦਾ ਨਾਲ ਮੈਂ ਦੇਖਦਾ ਵੀ ਢੱਲਾ ਵਾਲਾ ਸੋਨਾ ਵੀ ਚੋਟੀ ਦਾ ਖਿਡਾਰੀ ਹੈ ਜਿਹੜਾ ਪੰਜਾਬ ਦੇ ਕਬੱਡੀ ਕੱਪ ਕਹਿੰਦੇ ਵੀ ਆਜ਼ਾਦ ਕਬੱਡੀ ਕਲੱਬ ਹਰਮਿੰਦਰ ਢਾਲਕਲਾਂ ਦੀ ਟੀਮ ਲਈ ਖੇਡਦਾ ਬਾਰੇ ਵਾਲੀ ਟੋਨੇ ਦੀ ਟੀਮ ਲਈ ਕਵਿੰਦਰ ਸਿੰਘ ਆਬਰ ਦੀ ਟੀਮ ਲਈ ਸੁਖੇ ਤਾਤੂਪੁਰੀਏ ਦੀ ਟੀਮ ਲਈ ਤੇ ਲੀਲਾ ਵਾਲੇ ਮੋਹਰੇ ਦੀ ਟੀਮ ਲਈ ਖੇਡਦਾ ਪੰਜਾਬ ਦੇ ਕਬੱਡੀ ਕੱਪ ਨੌਜਵਾਨ ਗੱਭਰੂ ਲਹਿੰਦੀ ਕਹਿੰਦੇ ਕਿ ਪੂਰਾ ਦੁਨੀਆ ਦਾ ਸੁਪਰ ਸਟਾਰ ਖਿਡਾਰੀ ਨੌਜਵਾਨ ਦੇ ਜਿਵੇਂ ਮਾਰੀ ਕੇ ਦੋ ਛਾਲ ਲਾ ਕੇ ਜ਼ੋਰ ਪੱਟਾਂ ਨਾਲ ਰੱਜੀ ਵਾਲੇ ਪਿੰਡ ਦੀ ਧਰਤੀ ਦਾ ਬਾਬਾ ਲਓ ਜੀ ਮਾਰੀ ਵਾਲੇ ਰੇਡਰ ਦਾ ਮੋਢਾ ਜਿਹੜਾ ਨਿਕਲਿਆ ਜਿਹੜਾ ਮੇਰਾ ਵੀਰ ਮਾਰੂਗੇ ਦੀ ਜੀਤ ਵੀ ਖੇਡਦਾ ਸੱਤਵਾਲ ਜੀ ਜਿੱਥੇ ਮੇਰੀ ਆਵਾਜ਼ ਵੀ ਸੁਣਦੇ ਹੋਣ ਉਹ ਗਰਾਊਂਡ ਦੇ ਵਿੱਚ ਜਾਣ ਆ ਗੱਭਰੂ ਕਹਿੰਦੇ ਵੀ ਕੋਟ ਭਾਈ ਦੀ ਧਰਤੀ ਤੋਂ ਕਹਿੰਦੇ ਵੀ ਡੋਗਰਾ ਘੋੜਾ ਜਿੱਤੇ ਹੈ ਇਹ ਨੌਜਵਾਨ ਜੀਵਨ ਮਾਰ ਕੇ ਪਿੰਡ ਦੀ ਧਰਤੀ ਦਾ ਕਹਿੰਦੇ ਤਾਰਾ ਜੀ ਨੇ ਕਬੱਡੀ ਟੰਗ ਲਾਉਂਦਾ ਜਮਾ ਹੀ ਥੋੜਾ ਕਬੱਡੀ ਵਿੱਚ ਜਿੱਤਿਆ ਏ ਇਸ ਨੌਜਵਾਨ ਨੇ ਘੋੜਾ ਕਬੱਡੀ ਵਿੱਚ ਜਿੱਤਿਆ ਏ ਇਹ ਨੌਜਵਾਨ ਨੇ ਘੋੜਾ ਹਰ ਰਾਹ ਦੀ ਕਰਨਾ ਪੁਆਇੰਟ ਜਿਹੜਾ ਜੀਵਨ ਮਾਰ ਕੇ ਵੀ ਟੀਮ ਦੇ ਹਿੱਸੇ ਹੋਇਆ ਹੋਇਆ ਲਓ ਅਗਲੀ ਕਬੱਡੀ ਦੇਖਦੇ ਵੀ ਤਾਰੂ ਤੇ ਸੱਜੂਆ ਵਾਲਾ ਨੌਜਵਾਨ ਕਬੱਡੀ ਪਾਉਣ ਦੇ ਲਈ ਪਾਧਿਆ ਹੋਇਆ ਹੁਣ ਇੱਕ ਪਾਸੇ ਕਹਿੰਦੇ ਵੀ ਸਰਪੰਚਾਂ ਦਾ ਪੁੱਤ ਬੱਬਾ ਦੇ ਦੂਜੇ ਪਾਸੇ ਸੋਨਾ ਢਾਲਕਲਾਂ ਦੀ ਧਰਤੀ ਦਾ ਨਾਲ ਕਹਿੰਦੇ ਵੀ ਹੰਬਾ ਤੇ ਦੋ ਨੰਬਰ ਤੇ ਚੈਨਾ ਚਾਰੇ ਜਾਫੀ ਕਹਿੰਦੇ ਵੀ ਟੌਪ ਦੇ ਹੈ ਟੌਪ ਦੇ ਪੰਦਰਾਂ ਦੇ ਨਾਲ ਲੈਸ ਟੀਮ ਹੈ ਰੱਜੀ ਵਾਲੇ ਪਿੰਡ ਦੀ ਪੁਆਇੰਟ ਜਾਫੀ ਵਾਲੇ ਹਿੱਸੇ ਜੁੜਦਾ ਹੋਇਆ ਨਾਲ ਹੀ ਮੇਰੀ ਬੇਨਤੀ ਹੈ ਬਾਬਰ ਬਾਬਾ ਹੀਰਾ ਲਾਲ ਕਬੱਡੀ ਦੌਰ ਦੇ ਜਾਣੇ ਵਾਲਾ ਵੀਰ ਜੀ ਦੋਵੇਂ ਟੀਮਾਂ ਵੇਟ ਪਾ ਦੋ ਜਲਦੀ ਨਾਲ ਪਹੁੰਚਾ ਜਿਹਨਾਂ ਜਿਹੜੇ ਮੈਚ ਚੱਲਦਾ ਉਹਨਾਂ ਦੇ ਵੇਟ ਹੋਣੀ ਹੈ ਟੀਮ ਦੀ ਉਸ ਤੋਂ ਬਾਅਦ ਕੋਈ ਵੇਟ ਨਹੀਂ ਹੋਣੀ ਟੀਮ ਦੀ ਟੀਮਾਂ ਕਰ ਦਿੱਤੀਆਂ ਜਾਣਗੀਆਂ ਜਲਦੀ ਨਾਲ ਟੀਮਾਂ ਜਿਹੜੀਆਂ ਗਰਾਊਂਡ ਵਿੱਚ ਪੁੱਜੀਆਂ ਬਹੁਤ ਮਿਹਰਬਾਨੀਆਂ ਹੈ ਸਾਧੋ ਕਹਿੰਦੇ ਬਾਬਾ ਖੋਸਾ ਦੀ ਜੀ ਇਹ ਟੀਮਾਂ ਇਸ ਤੋਂ
ਜਾਰੀ ਰੱਖਣ। ਜਨੇਰ ਵੀਰ ਦੇ ਖੋਸਾ ਗੋਗਲਾ ਜੀ ਹੀਰਾ ਕਬੱਡੀ ਪਿੰਡਰ ਤੇ ਬੜੇ ਦੀਆਂ ਟੀਮਾਂ ਇੰਨੀਆਂ ਟੀਮਾਂ ਇੰਨੀਆਂ ਆਪਣੀਆਂ ਗੱਡੀਆਂ ਦੇ ਕੋਲੋਂ ਤਿਆਰੀ ਖਿੱਚ ਲੈਣ ਜਿਵੇਂ ਜਿਵੇਂ ਅਸੀਂ ਟੀਮਾਂ ਨੂੰ ਬੁਲਾ ਰਹੇ ਹਾਂ ਉਸੇ ਤਰ੍ਹਾਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜਣ। ਗੱਲ ਨੀ ਸਾਡਾ ਵੀਰ ਪੱਪਾ ਕਹਿੰਦਾ ਵੀ ਪੱਪਾ ਭੇਜਿਆ ਨਾ ਜਿੰਨੇ ਜੱਸੇ ਲਾਉਣਗੇ ਉਨੇ ਸੌ ਸੌ ਰੁਪਈਏ ਦੇਣੇ ਹੈ। ਸਾਡਾ ਵੀਰ ਪੱਪਾ ਕਹਿੰਦਾ ਵੀ ਪੱਪਾ ਭੇਜਿਆ ਨਾ ਜਿੰਨੇ ਵੀ ਜੱਸੇ ਲਾਉਣਗੇ ਉਨੇ ਸੌ ਸੌ ਰੁਪਈਏ ਦੇਣੇ ਹੈ। ਵੱਡੇ ਮਾਨ ਸਨਮਾਨ ਦਿੱਤੇ ਜਾਂਦੇ ਹੈ। ਰਾਤੀ ਸੁੱਤੀ ਪਈ ਨੂੰ ਸੀ ਆਇਆ ਸੁੱਕਦਾ ਤੇ ਸੁੱਕਦੇ ਵਿੱਚ ਲੰਘੋ ਗਿਆ ਕਿਸੇ ਕੋਲੋਂ ਫੜਿਆ ਉਹ ਧਰਤੀ ਪਿੰਡ ਜਨੇਰ ਦੀ ਤੇ ਲੋਟਾਂ ਦਾ ਸੀ ਤੇਰੇ ਉੱਤੇ ਵੀਹ ਵਰਿਆ ਸੁੱਕਦੇ ਤੂੰ ਕਰਕੇ ਦਿਖਾਵੇ ਸੱਚ ਹੋਏ ਬਦਲੀ ਤਕਦੀਰ ਸਿੱਧਾ ਖੇਡ ਬਣ ਗਿਆ ਕੁੱਖੋ ਜਾਏ ਭਾਈ ਬਹਾਦਲੀ ਕਿ ਪੁੱਤਾ ਬਸ ਕੌਂਡੀ ਦਾ ਪਲੇਰ ਬਣ ਗਿਆ ਕੁੱਖੋ ਜਾਏ ਭਾਈ ਬਹਾਦਲੀ ਕਿ ਪੁੱਤਾ ਬਸ ਕੌਂਡੀ ਦਾ ਪਲੇਰ ਬਣ ਗਿਆ। ਹੈਲੋ ਬਾਈ ਜਦੋਂ ਮੈਂ ਸਮਾਪਤ ਹੋਇਆ ਨਾ ਤੇ ਲਾਈਨਾਂ ਕਮਰਾ ਲਿਓ ਬਹੁਤ ਮਿਹਰਬਾਨੀ ਹੈ ਸਾਡੇ ਦਰਮਿਆਨ ਵਿਸ਼ੇ ਕਰਕੇ ਸਰਦਾਰ ਰਵਿੰਦਰ ਸਿੰਘ ਜੀ ਮਾਖਰ ਪ੍ਰਧਾਨ ਜੀ ਪੁੱਜ ਚੁੱਕੇ ਨੇ ਬਹੁਤ ਸਨਮਾਨ ਦੇ ਜੋ ਸ਼ਖਸੀਅਤ ਹੈ ਹਰ ਸਿਆਸੀ ਦੁਨੀਆ ਵਿੱਚ ਬਹੁਤ ਵੱਡਾ ਨਾਮ ਹੈ ਜਿਹੜਾ ਸਰਦਾਰ ਤੋਲਾ ਸਿੰਘ ਜੀ ਸਤਲਾ ਜੀ ਗਰਾਊਂਡ ਦੇ ਵਿੱਚ ਪੁੱਜੇ ਹਰ ਬਾਲੇ ਵਾਲਾ ਵੀ ਤੇ ਹੀਰਾ ਲਾਲ ਕਬੱਡੀ ਬਾਜੋ ਦੀਆਂ ਟੀਮਾਂ ਨੂੰ ਬੇਨਤੀ ਹੈ ਦੋਵੇਂ ਟੀਮਾਂ ਜਿਹੜੀਆਂ ਤਿਆਰ ਪਰ ਤਿਆਰ ਨੇ ਸਾਡਾ ਰੁਕਾ ਜਾਵੇਗਾ ਜਦੋਂ ਮੈਚ ਸਮਾਪਤ ਮਿਲ ਜਾਵੇਗਾ ਦੋਵਾਂ ਟੀਮਾਂ ਨੂੰ ਅਸੀਂ ਲੈਣ ਬਾਤ ਕਰਾਂਗੇ। ਨਾਲ ਹੀ ਕਾਫੀ ਕਠੋਰ ਐਂਟਰਨ ਕਬੱਡੀ ਕਲੱਬ ਮੋਗੇ ਦੇ ਪ੍ਰਧਾਨ ਜੀ ਮਸਰ ਬਰਾਦ ਜੀ ਉਹਨਾਂ ਦੀ ਟੀਮ ਜਿਹੜੀ ਰਨ ਕਰਦੇ ਹਨ ਨਾਲ ਜਿਹੜੀ ਕਬੱਡੀ ਜੀਵਨ ਦੀ ਸਾਡਾ ਜਿਹਾ ਸਰੀਰ ਹੈ ਫੁਰਤੀ ਬਾਹਰ ਦਾ ਗਬਰੂ ਵਿੱਚ ਬਾਹਰੋਂ ਨੱਚ ਜਾਂਦਾ ਕਹਿੰਦੇ ਗਬਰੂ ਦੇਸ਼ ਪੰਜਾਬ ਦੇ ਉੱਠੂ ਉੱਠੂ ਕਰਦੇ ਨੇ ਕਿ ਮਿਰਗਾ ਜਾਏ ਸਰੀਰ ਹਾਸਲੇ ਸ਼ੇਰਾ ਵਰਗੇ ਨੇ ਸ਼ੇਰਾ ਵਰਗੇ ਹਾਸਲੇ ਦੇ ਇਹਨਾਂ ਟੀਮਾਂ ਦੇ ਇੱਕ ਖਿਡਾਰੀ ਦੇ ਸੱਟ ਲੱਗੀ ਹੈ ਬੇਨਤੀ ਹੈ ਵੀਰ ਸੱਤਪਾਲ ਜੀ ਉਹ ਗਰਾਊਂਡ ਦੇ ਵਿੱਚ ਆ ਜਾਂਦੀ ਲਓ ਸਾਹਮਣੇ ਦੇਖਦੇ ਵੀ ਹੁਣ ਬਾਹਰੋਂ ਸਭੀ ਵਾਲਾ
ਕਿਹਾ ਜਾਵੇ ਆਈਏ ਸਰਕਾਰ ਦੇ ਸਾਡੇ ਦੇ ਮੁੱਖ ਮੰਤਰੀ ਕਿਸ਼ੇ ਘਰ ਦੇ ਪੁੱਜ ਕੇ ਸਾਡੇ ਦਾ ਰਹਿਣ ਰਾਜਸਰ ਜੀ ਆਓ ਗੋਡੀ ਵਾਲਾ ਮਾਈਕ ਤਰੀਕ ਦੀ ਔਰ ਆਪਾਂ ਧੰਨਵਾਦ ਕਰਦੇ ਹਾਂ ਜਥੇਦਾਰ ਸਰਦਾਰ ਤੋਤਾ ਸਿੰਘ ਜੀ ਸਾਬਕਾ ਸਿੱਖਿਆ ਮੰਤਰੀ ਪੰਜਾਬ ਉਹਨਾਂ ਦੇ ਲਾਹੌਰ ਜ਼ਿਲ੍ਹੇ ਦੇ ਸਰਦਾਰ ਮਨਜਿੰਦਰ ਸਿੰਘ ਜੀ ਮੱਖਣ ਬਰਾੜ ਜੋ ਬੰਦੀ ਐਂਡ ਕਬਰਾ ਹਜ਼ੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੇ ਪ੍ਰਧਾਨ ਵੀ ਹੈ ਔਰ ਆਪਣੇ ਇਲਾਕੇ ਦੇ ਵੀ ਆਖੀ ਵੀ ਦਰਵੇਸ਼ ਸਿਆਸਤਦਾਨ ਪੰਜਾਬ ਦੇ ਗਤੀਸ਼ੀਲ ਵਾਤਾਵਰਨ ਦੇ ਰਹਿਨਮਾ ਸਰਦਾਰ ਮਨਜਿੰਦਰ ਸਿੰਘ ਜੀ ਮੱਖਣ ਬਰਾੜ ਜ਼ਿਲ੍ਹੇ ਦੇ ਸਦਾ ਕੱਢਿਆ ਸਾਡੇ ਨਿਬੰਧਣ ਦੇ ਲਈ ਤੇ ਫੁੱਲਾਂ ਵਾਲੇ ਹਾਰ ਲੈ ਕੇ ਗੋਹੇ ਨਾਲ ਚੁੜਿਆ ਗਿਆ ਚੜਿਆ ਸੀ ਚਾਰ ਐਡਾ ਤੇਲ ਵੀ ਨਾ ਚੁੜਿਆ ਗਿਆ ਸਾਡੇ ਨਿੱਕੇ ਦੇ ਸਦੇ ਦੇ ਉੱਤੇ ਆਣ ਕੇ ਆ ਕੇ ਭਾਗ ਲਾਉਣ ਵਾਲਿਓ ਮੇਰਾ ਸਿੱਧੇ ਕਰੇਤਾ ਹੀ ਪਿਆਰ ਸਾਡੇ ਵੇਲੇ ਆਉਣ ਵਾਲਿਓ ਸਾਡਾ ਸਿੱਧੇ ਕਰੇਤਾ ਹੀ ਪਿਆਰ ਸਾਡੇ ਵੇਲੇ ਆਉਣ ਵਾਲਿਓ ਅੱਜ ਕੌਣ ਪਰੋਣਾ ਆਇਆ ਨੀ ਫੁੱਲ ਖਿੜ ਕੇ ਦੇ ਸੂਹੇ ਚਾਚੇ ਸੜਕੀ ਧਰਤ ਦੀ ਅੰਦਰਾਂ ਦੀ ਜੂਹੇ ਅੱਜ ਕੌਣ ਪਰੋਣਾ ਆਇਆ ਨੀ ਫੁੱਲ ਖਿੜ ਕੇ ਦੇ ਸੂਹੇ ਬੇਸ਼ੱਕ ਪੰਜਾਬ ਦੀ ਜਿਹੜੀ ਜਿਵੇਂ ਚੋਣ ਚੱਲ ਰਹੀ ਹੈ ਚੋਣ ਲੜੀ ਜਾ ਰਹੀ ਪਰ ਫਿਰ ਵੀ ਸਾਡੇ ਨਿਬਾਨੜਿਆਂ ਦੇ ਲਈ ਸਦਾ ਕੱਢਿਆ ਸਭਾ ਕੱਢਿਆ ਸਰਦਾਰ ਮੱਖਣ ਬਰਾੜ ਜੀ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਪੰਜਾਬ ਦੀ ਜਰਖੇਜ ਮਿੱਟੀ ਨੂੰ ਮਾਣ ਹੈ ਪੰਜਾਬ ਦੇ ਸੂਰਬੀਰ ਯੋਧਿਆਂ ਦੇ ਉੱਪਰ ਪੰਜਾਬ ਦੇ ਖਿਡਾਰੀਆਂ ਦੇ ਉੱਪਰ ਮਾਣ ਹੈ ਪੰਜਾਬ ਦੀ ਜਰਖੇਜ ਮਿੱਟੀ ਨੂੰ ਜਿਹਨੇ ਸਮੇਂ ਸਮੇਂ ਸਿਰ ਪੰਜਾਬ ਵਿੱਚ ਮਹਾਂਬਲੀ ਯੋਧਿਆਂ ਨੂੰ ਜਨਮ ਦਿੱਤਾ ਹੈ ਉਹਦੇ ਕਦੇ ਸਿਆਸ ਦੇ ਸਿਰ ਕੀਤੇ ਹੈ ਨਾ ਸਰਦਾਰ ਬਰਿੰਦਰ ਸਿੰਘ ਜੀ ਮੱਖਣ ਬਰਾੜ ਜੀ ਪੁੱਜੇ ਨੇ ਜੋ ਰਨ ਕਰਦੇ ਹਨ ਅੰਬੀ ਐਂਡ ਅੰਡਾ ਠੂਰ ਕਬੱਡੀ ਕਲੱਬ ਨੂੰ ਵਿਸ਼ੇਸ਼ ਤੌਰ ਤੇ ਅੱਜ ਸਾਰੇ ਲੀਡਰਾਂ ਨੂੰ ਰੱਦ ਕਰ ਇਸ ਧਰਤੀ ਦੇ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕੇ ਨੇ ਬਹੁਤ ਵੱਡਾ ਧੰਨਵਾਦ ਹੈ ਯਾਦਗਾਰੀ ਤਸਵੀਰਾਂ ਦੇ ਨਾਲ ਹਰ ਕਬੱਡੀ ਦੀਆਂ ਟੀਮਾਂ ਉਹਨਾਂ ਵੱਲੋਂ ਤੇ ਸਮੁੱਚੀ ਟੂਰਨਾਮੈਂਟ ਕਮੇਟੀ ਵੱਲੋਂ ਜੀ ਆਇਆਂ ਆਖਿਆ ਜਾਂਦਾ ਦਰਾਜ ਸਾਹਿਬ ਜੀ ਤੇ ਮੈਚ ਸ਼ੁਰੂ ਹੋਵੇਗਾ ਖੇਡ ਮੈਦਾਨ ਦੇ ਵਿੱਚ ਜਿੰਨੇ ਵੀ ਪੱਲ ਕਬੱਡੀ ਦੇ ਖੇਡ ਮੈਦਾਨ ਵਿੱਚ ਕੱਢ ਕੇ ਸਾਡੇ ਮੈਚ ਪੁੱਜੇ ਅਸੀਂ ਕੋਟਨ ਕੋਟਨ ਧੰਨਵਾਦ ਕਰਦੇ ਹਾਂ ਤੇ ਰੰਗੀ ਵਾਲਾ ਬੀ ਐਸ ਆਈ ਦੀ ਜੇਤੂ ਟੀਮ ਹੈ ਦਾਲੇ ਵਾਲਾ ਬੀ ਤੇ ਬਾਬਾ ਹੀਰਾ ਲਾਲ ਕਬੱਡੀ ਕਲੱਬ ਦਾਲੋ ਦੀ ਟੀਮ ਦੇ ਦਰਮਿਆਨ ਇਹ ਕਬੱਡੀ ਦਾ ਅਗਲਾ ਜਿਹੜਾ ਮੁਕਾਬਲਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਔਰ ਫਿਰ ਤੋਂ ਜਿਹੜਾ ਧੰਨਵਾਦ ਕਰਦੇ ਸਰਦਾਰ ਬਲਜਿੰਦਰ ਸਿੰਘ ਜੀ ਮੱਖਣ ਬਰਾੜ ਔਰ ਨਾਲ ਹੀ ਆਪਾਂ ਧੰਨਵਾਦ ਕਰਦੇ ਹਾਂ ਪੰਜਾਬ ਲਾਈਵ ਵਰਡ ਦਾ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਹੈਲੋ ਪਰਮਾਤਮਾ ਸਤਪਾਲ ਠੇਕੇਦਾਰ ਜਿੱਥੇ ਵੀ ਉਹ ਸਟੇਜ ਦੇ ਨੇੜੇ ਪਹੁੰਚੇ ਸਤਪਾਲ ਠੇਕੇਦਾਰ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਪਰਮਿੰਦਰ ਸਿੰਘ ਜੀ ਜੋ ਅਸੀਂ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜੇ ਹੋਏ ਆ ਬਹੁਤ ਵੱਡੇ ਆਦਰ ਸਤਿਕਾਰ ਹੈ ਨਾਲ ਸਾਡੇ ਚਰਨਾਮ ਸਿੰਘ ਜੀ ਸੇਖੋ ਯਰਪਾ ਵਾਲੇ ਵੀ ਕਹਿੰਦੇ ਆਦਰ ਸਤਿਕਾਰ ਭੇਜ ਰਹੇ ਨੇ ਸਾਸਵਰ ਕੀ ਦੇ ਸਰਦਾਰ ਪਰਮਿੰਦਰ ਸਿੰਘ ਜੀ ਜੋ ਅਸੀਂ ਸਾਢੇ ਸੱਤ ਦੇ ਅੱਠ ਵਾਟਾਂ ਦਾ ਸਮਾਂ ਹੈ ਦਾਲੇ ਵਾਲੀ ਆ ਗੁਰਸਾਹਿਬ ਸਿੰਘ ਕਹਿੰਦੇ ਵੀ ਪੰਜਾਬ ਦੇ ਕਬੱਡੀ ਖਿਡਾਰੀਆਂ ਦੇ ਵਿੱਚ ਖਿੱਚ ਦਾ ਕੇਂਦਰ ਬਣਦਾ ਹੈ ਉਹ ਵੀਰ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਨਾਲ ਕਹਿੰਦੇ ਵੀ ਹੀਰਾ ਲਾਲ ਕਬੱਡੀ ਕਲੱਬ ਦਾਦਰ ਦੀ ਟੀਮ ਦੇ ਦਰਮਿਆਨ ਕਬੱਡੀ ਦਾ ਮੈਚ ਸ਼ੁਰੂ ਹੋਵੇਗਾ ਨਾਲ ਹੀ ਆਪਾਂ ਧੰਨਵਾਦ ਕਰਦੇ ਵਿਸ਼ੇਸ਼ ਤੌਰ ਤੇ ਸਤਿਕਾਰੀ ਪਰਮਿੰਦਰ ਸਿੰਘ ਜੀ ਯੂ ਐਸ ਏ ਸੁਖਵਿੰਦਰ ਸਿੰਘ ਜੀ ਯੂ ਐਸ ਏ ਜਿੱਥੇ ਕਹਿੰਦੇ ਵੀ ਯੂ ਐਸ ਏ ਦੇ ਵਿੱਚ ਟਰਾਲੇ ਚੱਲਦੇ ਪੰਜਾਬ ਦੇ ਜੇਸੀ ਵੀ ਮਸ਼ੀਨਾਂ ਚੱਲਦੀਆਂ ਹੈ ਸਤਪਾਲ ਠੇਕੇਦਾਰ ਭਾਈ ਜਿੱਥੇ ਵੀ ਜਾਂਦੇ ਜਾਂਦੇ ਸਟੇਜ ਤੇ ਪਹੁੰਚੇ ਸਤਪਾਲ ਠੇਕੇਦਾਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨਾਲ ਹੀ ਸਾਡੇ ਸਰਦਾਰ ਜਗਕੌਰ ਸਿੰਘ ਜੀ ਸੇਖੋ ਸਾਹਿਬ ਜਿਨ੍ਹਾਂ ਨੇ ਪਿਛਲੇ ਕਾਫੀ ਸਰਦਾਰ ਪੰਜਾਬ ਸਿੰਘ ਬਰਾੜ ਔਰ ਮੱਖਣ ਸਾਡੇ ਲਈ ਕੁਝ ਸ਼ਬਦ ਕਹਿਣਗੇ ਸਰਦਾਰ ਸਤਿੰਦਰ ਸਿੰਘ ਬਰਾੜ ਔਰ ਮੱਖਣ ਸਪੁੱਤਰ ਸਰਦਾਰ ਜਾਇਦਾ ਟੋਟਾ ਸਿੰਘ ਜੀ ਸਾਬਕਾ ਸਿੱਖਿਆ ਮੰਤਰੀ ਅਤੇ ਖੇਤੀਬਾੜੀ ਮੰਤਰੀ ਪੰਜਾਬ ਸ਼ਰਮਾ ਸ਼ਰਮਾ ਪਲੀਜ਼ ਸਟੇਜ ਤੇ ਕੰਮ
ਸਾਡੇ ਨਾਲ ਸਰਕਾਰੀ ਅਹੁਦੇ ਕਾਂਗਰਸ ਸਟੂਡੀਓ ਦੀ ਇਹਨਾਂ ਦੀ ਫਰੀ ਸੇਵਾ ਸੀ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸ਼ੁਰੂ ਹੋ ਚੁੱਕਾ ਹੈ ਦੋ ਚਾਰ ਲੰਮਾ ਕੰਦ ਮੁੰਡੇ ਦਾ ਖੇਡ ਮੈਦਾਨ ਵਿੱਚ ਕਬੱਡੀ ਜਿਹੜੀ ਸਾਡੇ ਪਿੰਡ ਦੇ ਕਾਲੂ ਦੀ ਹੈ ਖੇਡ ਮੈਦਾਨ ਵਿੱਚ ਤੱਕੀ ਵੋਟਰ ਦੇ ਬਹਿਣ ਦੀ ਟੀਮ ਬੇਟਵਾਂ ਦੇ ਵਿੱਚ ਇੰਤਜ਼ਾਰ ਕਰੇ ਚਾਰ ਲੰਮਾ ਕੰਦ ਮੁੰਡਾ ਸੋਹਣਾ ਹੱਦੋਂ ਵੱਧ ਪਾਉਂਦਾ ਹੈ ਕਬੱਡੀ ਥਾਪੀ ਮਾਰ ਕਰਦੇ ਕਿ ਚੜ ਗਈ ਜਵਾਨੀ ਅਥਰੀਦੀ ਜਾਂਦੇ ਕਿ ਚੜ ਗਈ ਜਵਾਨੀ ਅਥਰੀਦੀ ਜਾਂਦੇ ਔਰ ਵੇਖਦੇ ਵੀ ਅਗਲੀ ਕਬੱਡੀ ਖੋਸਾ ਦੇ ਧੀਰ ਦੀ ਦੱਸ ਹੋਰ ਦੂਜੇ ਪਾਸੇ ਜਿਹੜੇ ਚਾਰ ਜਾਫੀ ਹੈ ਮੋਢ ਦਾ ਪਿੰਡ ਕਹਿੰਦੇ ਵੀ ਸਹੀ ਹੋ ਗਏ ਹੈ ਬਾਬੇ ਤੀਕੜ ਵਰਗੇ ਕਹਿੰਦੇ ਵੀ ਪਹਿਲਵਾਨੀ ਦੇ ਖੇਡ ਲੋਕ ਵਿੱਚ ਬੜਾ ਸਾਹਬ ਹੈ ਠੇਕੇਦਾਰ ਜਿੱਥੇ ਵੀ ਉਹ ਖੇਡਦੇ ਇਸ ਸਟੇਜ ਤੇ ਪਹੁੰਚੇ ਸਤਮਾਨ ਠੇਕੇਦਾਰ ਔਰ ਚੱਲ ਵੀ ਭਾਈਆਂ ਦਾ ਸਰਦਾਰ ਦਰਸ਼ਨ ਸਿੰਘ ਦੇ ਘਰ ਦਾ ਵਾਸ ਹੈ ਇਹ ਨੌਜਵਾਨ ਗੱਭਰੂ ਭਾਵੇਂ ਇੰਗਲੈਂਡ ਦੀ ਧਰਤੀ ਤੇ ਧੁੱਪ ਪਾਈ ਤੇ ਭਾਵੇਂ ਕੈਨੇਡਾ ਦੇ ਖੇਡ ਮੈਦਾਨਾਂ ਦੇ ਕਿਤੇ ਵੀ ਪੰਜਾਬ ਦੇ ਕਬੱਡੀ ਕੱਪਾਂ ਦਾ ਅਨੇਕਾਂ ਖੇਡ ਮੇਲਿਆਂ ਦਾ ਬੈਸਟ ਆਵੀ ਡਿਕਲੇਅਰ ਕੀਤਾ ਗਿਆ ਜਾਂ ਅਗਲੇ ਬੰਦੇ ਨਾ ਜੁੜ ਆਪਣੇ ਪਿੰਡ ਦੀ ਟੀਮ ਦੇ ਵਿਰੁੱਧ ਕਬੱਡੀ ਪਾ ਰਹੇ ਹੈ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਦੀ ਟੋਟੀ ਦੀ ਹੈ ਚੱਲ ਵੀ ਗੱਲ ਹੁੰਦਾ ਪਰ ਕਿਰਪਾ ਕਬੱਡੀ ਬਲਜੀਤ ਦੇ ਨਾਲ ਕਿਤੇ ਵੀ ਸੀਟ ਆ ਮੇਰਾ ਵੀਰ ਨੀਲਾ ਇੱਕ ਬੰਦੇ ਦੁਨੀਆ ਦਾ ਮਸ਼ਹੂਰ ਖਿਡਾਰੀ ਜਿਵੇਂ ਰੋਲੀ ਭਾਈ ਵਾਲ ਨਾਲ ਪਿਆਰ ਹੈ ਕਿ ਨੀਲਾ ਸਹਿਜੋ ਪਿੰਡ ਵਾਲਾ ਉਧਰਲੇ ਬੰਦੇ ਦੇਖਦੇ ਆ ਬਹੁਤ ਹੀ ਸੋਹਣਾ ਚੱਲਦਾ ਹੋਇਆ ਮੁਕਾਬਲਾ ਜਦੋਂ ਟੀਮਾਂ ਬਰੋਬਰ ਦੀਆਂ ਜਾਂ ਫਿਰ ਸਵਾਦ ਆਉਣਾ ਦਰਸ਼ਕ ਵੀਰੋ ਮੈਚ ਵੇਖਣ ਦਾ ਉਧਰਲੇ ਬੰਦੇ ਚੱਲ ਵੀ ਜਸਕਰਨ ਸਿੰਘ ਆ ਜਾਂਦਾ ਪਾ ਕਬੱਡੀ ਲਓ ਅਗਲੀ ਕਬੱਡੀ ਕਹਿੰਦੇ ਵੀ ਜਸਕਰਨ ਸਿੰਘ ਨੀਲੇ ਦੀ ਆ ਥੋੜੀ ਆਈਟਮ ਦੇ ਤੌਰ ਤੇ ਜਾਣਦੀ ਹੈ ਬਾਬੇ ਬਜ਼ੁਰਗ ਜਾਣਦੇ ਵੀ ਹੁਸ਼ਿਆਰਪੁਰ ਦੇ ਕਹਿੰਦੇ ਵੀ ਸੰਤੋਖ ਕੋਖੀ ਨੇ ਕਬੱਡੀ ਖੇਡੀ ਮਾਲਾ ਜੱਟਾਂ ਵਾਲੇ ਜੇ ਪਾਕਿਸਤਾਨ ਖੇਡਣ ਗਿਆ ਤੇ ਉੱਥੋਂ ਦੇ ਵਜ਼ੀਰ ਆਜ਼ਮ ਨੇ ਆਖਿਆ ਸੀ ਵੀ ਆਹ ਕਿਹੜਾ ਆਈਟਮ ਆ ਗਿਆ ਜਿਹੜਾ ਪਾਕਿਸਤਾਨ ਤੋਂ ਫੜਿਆ ਨਹੀਂ ਜਾਂਦਾ ਔਰ ਉਸ ਤੋਂ ਬਾਅਦ ਪ੍ਰੋਫੈਸਰ ਮੱਖਣ ਸਿੰਘ ਨੇ ਇਹਨੂੰ ਆਈਟਮ ਦਾ ਨਾਮ ਦੇ ਦਿੱਤਾ ਜਸਕਰਨ ਸਿੰਘ ਨੀਲਾ ਆਈਟਮ ਦੇ ਤੌਰ ਤੇ ਲੋਕ ਜਾਣਦੇ ਸੈਂਦੋ ਕੇ ਪਿੰਡ ਵਾਲਾ ਬੜੇ ਵਧੀਆ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਖੁਸਰ ਧੀਰ ਦੀ ਧਰਤੀ ਦਾ ਲਾਈਵਰ ਕਬੱਡੀ ਪਾਉਂਦਾ ਹੋਇਆ ਸ਼ਿੰਦੇ ਦਾ ਪਿੰਡ ਵੀ ਖੁਸਰ ਧੀਰ ਹੈ ਤਾਂ ਸਾਹਮਣੇ ਦੇਖਦੇ ਵੀ ਹੁਣ ਲਾਈਵਰ ਸੈਂਦੋ ਕੇ ਵਾਲਾ ਕਰਾਉਂਦਾ ਬੱਲੇ ਬੱਲੇ ਕਹਿੰਦੇ ਵੀ ਜ਼ੋਰ ਲੱਗਾ ਹੋਇਆ ਤੇ ਪੁਆਇੰਟ ਜਿਹੜਾ ਸੈਂਦੋ ਕੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬੁੱਢੇ ਦੇ ਬਹਿਣੇ ਦੀ ਟੀਮ ਜਿਹੜੀ ਜਲਦੀ ਨਾਲ ਗਰਾਊਂਡ ਦੇ ਵੱਲ ਆ ਜਾਵੇ ਮਹਿਰਾ ਵਾਸਤੇ ਬੁੱਢਰ ਕਿਉਂਕਿ ਮੈਚ ਇਸੇ ਕਬੱਡੀ ਦਾ ਸਮਾਪਤੀ ਵੱਲ ਵੱਧ ਜਾਣਾ ਹੈ ਬੁੱਢਰ ਪਾਸੇ ਮਹਿਰਾ ਦੀ ਦੋਵੇਂ ਟੀਮਾਂ ਇਸ ਤੋਂ ਬਾਅਦ ਜਨੇਰ ਮੀਤ ਦੇ ਖੋਸਾ ਕੋਟਲਾ ਭਲੋਰ ਦੇ ਪਿੰਡਾਂ ਦੀਆਂ ਟੀਮਾਂ ਜਿਹੜੀਆਂ ਖੇਡ ਬਾਅਦ ਦੇ ਨੇੜੇ ਪੁੱਜਣ ਬਹੁਤ ਮਿਹਰਬਾਨੀ ਹੈ ਜਲਦੀ ਨਾਲ ਜਿਹੜੀ ਟੀਮਾਂ ਬੁੱਢਰ ਤੇ ਮਹਿਰਾ ਜੀ ਬੁੱਢਰ ਤੇ ਮਹਿਣੇ ਦੀ ਟੀਮ ਬੁੱਢਰ ਪੁੱਜ ਚੁੱਕੀ ਹੈ ਔਰ ਮਹਿਣਾ ਪੁੱਜਣ ਦਾ ਬੁੱਢਰਾਂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਜਾਵੇ ਜਲਦੀ ਨਾਲ ਜਸਵੀਰ ਸਿੰਘ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਸ ਟੀਮ ਦੇ ਸਦੇ ਤੇ ਬਲਜੀਤ ਸੈਦੋ ਵਾਲਾ ਆਪਣੀ ਟੀਮ ਲੈ ਕੇ ਪੁੱਜਿਆ ਹੋਇਆ ਹੈ ਵਿਸ਼ੇਸ਼ ਤੌਰ ਤੇ ਸਨਮਾਨ ਵੀ ਹੋਇਆ ਜਸਵੀਰ ਦੇ ਔਰ
ਅਗਲੀਆਂ ਟੀਮਾਂ ਜਿਹੜੀਆਂ ਜਲਦੀ ਨਾਲ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ। ਵੋਟਰ ਮਰਸ ਵਿੱਚ ਪਹਿਣਾ ਦੀ ਜਨੇਰ ਦੀ ਮੇਜ਼ਬਾਨ ਪੈਂਦਾ ਹੈ ਸਾਰੇ ਸਰਕਾਰ ਦੇ ਪੰਜਾਬ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਚਾਹ ਜਿਹੜੀ ਗਰਾਊਂਡ ਵਿੱਚ ਜਲਦੀ ਨਾਲ ਪਹੁੰਚ ਦੀ ਕਰ ਦਿੱਤੀ ਜਾਵੇ। ਸਾਰੇ ਰੈਫਰੀ ਵੀਰਾਂ ਲਈ ਪਹੁੰਚ ਦੀ ਕਰ ਦਿਓ। ਮੈਚ ਸ਼ੁਰੂ ਕਰਵਾ ਦਿੱਤਾ ਜਾਵੇ। ਕੱਲ ਸਿੰਘਪੁਰੇ ਮੁੰਡਣ ਦੀ ਧਰਤੀ ਤੇ ਕਬੱਡੀ ਦਾ ਮਹਾਂਕੁੰਭ ਹੈ ਜਿਸ ਦਿਨ ਦਾ ਲੰਗਰ ਛਕਾ ਦਾ ਯੋਗ ਹੈ ਔਰ ਉੱਥੇ ਵੀ ਆਪਾਂ ਪੁੱਜਣਾ ਹੈ ਔਰ 18 ਤਰੀਕ ਜਿਹੜੀ ਮਾਧੋਗੇ ਦੀ ਕਬੱਡੀ ਕੱਪ ਲਈ ਹੈ ਇਕਬਾਲ ਦੇ ਪਿੰਡ ਰਾਣਕਾ ਲੱਗਣੀਆਂ ਹੈ। 18-19 ਤਰੀਕ ਜਿਹੜੀ ਸਰਦਾ ਸਿੰਘ ਦੀ ਧਰਤੀ ਦੀ ਕਬੱਡੀ ਉੱਪਰ ਦੇ ਮੈਚ ਹੋਣਗੇ। 23 ਤਰੀਕ ਪੰਜਾਬੀ ਮਨ ਸਿੰਘ ਦੀ 24 ਤਰੀਕ ਜਿਹੜੀ ਉਹ ਧਰਮਗੋੜ ਦੀ ਕਬੱਡੀ ਕੱਪ ਦੀ ਹੈ। 25 ਤਰੀਕ ਡਾਲੇ ਦੀ ਹੈ। 26 ਤਰੀਕ ਜਿਹੜੀ ਗੀਰੇ ਦੀ ਕਬੱਡੀ ਕੱਪ ਦੀ ਹੈ ਜਿੱਥੇ 10 ਮੋਟਰਸਾਈਕਲ ਦੇ ਜਾਣੇ ਹੈ ਔਰ 27 ਤਰੀਕ ਲਾਲਿਆਂ ਦੀ ਕਬੱਡੀ ਕੱਪ ਦੀ ਹੈ। 1-2-3 ਮਾਰਚ ਖੋਸਾ ਕੋਟਲਾ 4-5 ਦੀ ਤਰੀਕ ਹੈ। ਕਬੱਡੀ ਮੋਰਚੇ ਦੀ ਪੰਜ ਆਇਆ ਖੇਡ ਮੈਦਾਨ ਦੇ ਵਿੱਚ ਕਿ ਪਾਸੇ ਫੋਟਰਾਂ ਦੀ ਟੀਮ ਹੈ। 2 ਨੰਬਰ ਦੇ ਕਹਿੰਦੇ ਵੀ ਨੌਜਵਾਨ ਲੰਡੇ ਕੇ ਪਿੰਡ ਵਾਲਾ ਲਿਆਕਤ ਵਾਲੀ ਜ਼ਿਲ੍ਹਾ ਗਾਲਬ ਵਾਲਾ ਫੈਸਲੇ ਦਿੱਤਾ ਹੋਇਆ ਵੀ ਇਹ ਪੁਆਇੰਟ ਜਿਹੜਾ ਬਹਿਣ ਵਾਲੀ ਟੀਮ ਦੇ ਹਿੱਸੇ ਆ। ਮੱਧੋ ਕੇ ਪਿੰਡ ਵਾਲਾ ਜੀਵਨ ਸਿੰਘ ਬੜੇ ਵਧੀਆ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਗਲੀ ਟੀਮ ਆਪਣੀ ਟੀਮ ਦੇ ਲਈ ਚਾਲੋ ਮਾਈ ਉਹਨਾਂ ਪਾਕ ਕਬੱਡੀ ਵਿੱਚ 4 ਜਾਫੀ ਪਿੱਛੇ ਨੂੰ ਫਟੇ ਹੈ। ਵਿਉਤਬੰਦੀ ਪੂਰੀ ਬਣਾਈ ਹੋਈ ਹੈ। ਲਓ ਦੇਖਦੇ 4 ਜਾਫੀ 8 ਅੱਖਾਂ ਦੇ 8 ਬਾਹਾਂ ਦੇ ਹੁਣ ਕੌਣ ਰੱਖੂ ਕੌਣ ਰੱਖੂ ਦੇ ਸਮੇਂ ਨੇ ਦੱਸਣਾ ਕਿ ਫਿਰ ਖੰਭਾਂ ਤੋਂ ਕਦੇ ਕਬੂਤਰ ਅੰਬਰੀ ਉੱਡਦੇ ਨਾ, ਉਮਰ ਵਕਤ ਤੇ ਪਾਣੀ ਕਦੇ ਪਿਸ਼ਾਬ ਉੱਡਦੇ ਨਾ, ਉਮਰ ਵਕਤ ਤੇ ਪਾਣੀ ਕਦੇ ਪਿਸ਼ਾਬ ਉੱਡਦੇ ਨਾ। ਲਓ ਬਹਿਣੇ ਵਾਲੇ ਨੇ ਕਹਿੰਦੇ ਵੀ ਘੁੱਟ ਕੇ ਕਾਲ ਜਿਹੜਾ ਲਾ ਲਿਆ ਲੱਕ ਭਰਿਆ ਇੱਕ ਪੁਆਇੰਟ ਜਿਹੜਾ ਜਾਫੀਆਂ ਦੇ ਇਸੇ ਜੁੜਦਾ ਹੋਇਆ ਬਾਅਦ ਵੀ ਨੌਜਵਾਨ ਇੱਕ ਹਿੰਮਤਪੁਰੇ ਪਿੰਡ ਦੀ ਧਰਤੀ ਦਾ ਦੁੱਧ ਬੜਾ ਮਸ਼ਹੂਰ ਖਿਡਾਰੀ ਹੈ। ਇੱਕ ਇਹ ਨੌਜਵਾਨ ਗੱਭਰੂ ਦੁੱਧ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਨਾਲ ਮੇਰੀ ਬੇਨਤੀ ਜਨੇਰ ਵੀ ਤੇ ਖੋਸਾ ਖੋਲਾ ਜੀ ਦੋਵੇਂ ਜਿਹੜੀਆਂ ਟੀਮਾਂ ਬੇਲ ਤੋਂ ਆਦਮੀ ਖੜ ਜਾਣਾ ਕਿ ਜਲਦੀ ਨਾਲ ਅੱਤਵਾਦ ਬੇਨਤੀ ਇਹਨਾਂ ਟੀਮਾਂ ਨੂੰ ਜਨੇਰ ਵੀ ਤੇ ਖੋਸਾ ਖੋਲਾ ਗਰਾਊਂਡ ਵਿੱਚ ਨਾ ਜਾਣ ਦੀ। ਪਿੱਛੇ ਦੇਖੋ ਜੀ ਜਿੰਨੇ ਮੈਚ ਚੱਲਦਾ ਹੈ ਉਹਨਾਂ ਦੇ ਟੀਮਾਂ ਫੇਲ ਬਾਅਦ ਹੋ ਰਹਿਣਗੀਆਂ ਔਰ ਫੇਲ ਮੈਦਾਨ ਵਿੱਚ ਜਲ ਵੀ ਨਾ ਜਾਂਦਾ ਪਰ ਕਿਰਪਾ ਕਬੱਡੀ ਜਿਹੜਾ ਕਬੱਡੀ ਟੂਰਨਾਮੈਂਟ ਅਗਲੇ ਸਾਲ ਵਾਸਤੇ 2014 ਦੇ ਵਿੱਚ ਆਉਣਾ ਸੀ ਖਿਡਾਰੀ ਵੀਰਾਂ ਨੂੰ ਤੇ ਦਰਸ਼ਕ ਵੀਰਾਂ ਨੂੰ ਖੁਸ਼ਖਬਰੀ ਦਿੰਦੇ ਹਾਂ ਉਹਨਾਂ ਵਾਸਤੇ ਸਾਡੇ ਕੋਲ ਅਨਾਊਂਸ ਕਰ ਰਹੇ ਹਾਂ ਨਾਮ ਇਹਨਾਂ ਦੇ ਵਿੱਚ ਕਬੱਡੀ
ਕੋਈ ਓਪਨ ਨੂੰ 75,000 ਰੁਪਇਆ ਮੇਜਰ ਸਿੰਘ ਧਾਲੀਵਾਲ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ। ਵਾਕਈ ਕਹਿੰਦੇ ਵੀ ਚੋਰੀ ਭਰ ਤੂੰ ਮੁਰਾਦਾ ਨਾਲ ਤੇਰੀ
ਤੋਂ ਇੱਕ ਵਾਰੀ ਦੇਖ ਮੰਗ ਗਈ ਅਤੇ ਮਾਨ ਸਨਮਾਨ ਜਿਹੜੇ ਦੇ ਖਿਡਾਰੀਆਂ ਨੂੰ ਬਖਸ਼ੇ ਜਾਣੇ ਆ ਉਹਦੇ ਵਾਲੇ ਜੀਰੇ ਦੇ ਕਬੱਡੀ ਦਾ ਉੱਤੇ ਲੋਕਾਂ ਦੇ ਵੀ ਬਾਕੀ ਨੇ ਵੀ ਮੋਟਰਸਾਈਕਲ ਦਿੱਤਾ ਜਾਣਾ ਹੈ 26 ਤਰੀਕ ਨੂੰ ਹਰ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਬੰਨੇ ਬੇਜਵਾਨ ਪਿੰਡ ਦੀ ਟੀਮ ਹੈ ਭੱਠੇ ਵਾਲੀ ਸਾਹਿਬ ਦੇ ਗੋਦੀ ਢੋਦੇ ਵਾਲੀ ਆ ਭੁੱਲ ਗਿਆ ਇਹਨਾਂ ਦੇ ਮਾਣ ਹੋਣਾ ਅੱਜ ਚੱਲ ਵੀ ਲੱਗ ਜਾਂਦਾ ਪਾ ਵੀ ਕਰੂਗਾ ਕਬੱਡੀ ਉਸੇ ਗੁਰ ਦਾ ਨਰਪੈ ਤੇ ਦਾਤ ਵਾਲਾ ਤਾਰਾ ਵੀ ਸ਼ੇਰ ਕਰ ਤੇ ਆਇਆ ਹੋਇਆ ਚੱਲ ਵੀ ਲੱਗ ਜਾਂਦਾ ਦਾਦਾ ਹੁਣ ਪਿੰਡ ਵਾਲਿਆ ਪਾਸ ਪਹਿਲੀ ਕਬੱਡੀ ਖੇਡ ਮੈਦਾਨ ਜਿਹਦੇ ਵੀ ਇੰਤਜ਼ਾਰ ਹੈ ਉਸ ਨਾਜੋ ਦੀ ਰੇਡ ਦਾ ਚੱਲ ਵੀ ਲੱਗ ਜਾਂਦਾ ਜੋ ਵੀ ਖਿਡਾਰੀ ਦਿਲ ਜਾਨ ਨਾਲ ਖੇਡਦਾ ਲੱਖ ਲੱਖ ਮੁੱਲ ਪੈਂਦਾ ਇੱਕ ਇੱਕ ਰੇਡ ਦਾ ਲੱਖ ਲੱਖ ਮੁੱਲ ਪੈਂਦਾ ਇੱਕ ਇੱਕ ਰੇਡ ਦਾ ਪਹਿਲੀ ਕਬੱਡੀ ਦਾ ਇੰਤਜ਼ਾਰ ਹੋ ਰਿਹਾ ਆਪਾਂ ਇੰਤਜ਼ਾਰ ਕਰਾਂਗੇ ਪਹਿਲੀ ਰੇਡ ਦਾ ਕਿਸ ਨਾਜਾ ਨੇ ਪਹਿਲੀ ਕਬੱਡੀ ਪਾਉਣੀ ਆ ਦਾਦਾ ਹੋਰ ਦੀ ਧਰਤੀ ਜੇ ਮੈਂ ਇਸ ਖਿਡਾਰੀ ਦੇ ਪਿਛੋਕੜ ਵੱਲ ਜਾਵਾਂ ਤੇ ਇਹਦੀ ਕਬੱਡੀ ਜਿਹੜਾ ਜਨਮ ਲਿਆ ਉਹ ਪੁਰਾਣੇ ਦੀ ਧਰਤੀ ਤੋਂ ਲਿਆ ਹੈ ਸਾਹਮਣੇ ਦੇਖਣਾ ਵੀ ਕਲਵੰਤ ਪੁਰਾਣੇ ਦੇ ਕਬੱਡੀ ਦੇ ਕਹਿੰਦੇ ਵੀ ਦਾ ਤੇ ਜਸੂਸ ਹੈਲੋ ਫਿਰ ਜਿਹੜੀ ਸ਼ਰਮ ਹੈ ਹੈਲੋ ਸਾਡੇ ਦਰਮਿਆਨ ਪਿੰਦਰ ਰੱਜੀ ਆਇਆ ਹੁਣੇ ਹੁਣੇ ਸਾਡੇ ਕੋਲੇ ਪਹੁੰਚੇ ਨੇ ਕੈਨੇਡਾ ਦੇ ਸੰਦੇ ਆਏ ਨੇ ਅਸੀਂ ਉਹਨਾਂ ਦਾ ਇੱਥੇ ਆਉਣ ਦੇ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਤਗੜਾ ਸਟਾਪਰ ਪਿੰਦਰ ਰੱਜੀ ਵਾਲਾ ਉਹ ਸਾਡੇ ਦਰਮਿਆਨ ਪਹੁੰਚਾ ਜੀ ਬਹੁਤ ਧੰਨਵਾਦ ਕਰ ਆਦਰ ਸਤਿਕਾਰ ਹੈ ਸਾਡੀ ਸਤਿਕਾਰ ਜੋ ਕਬੱਡੀ ਦੀ ਮਹਾਨ ਸ਼ਖਸੀਅਤ ਮਹਾਨ ਖਿਡਾਰੀ ਜਿੰਦਰ ਰੱਜੀ ਵਾਲੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕਾ ਹੈ ਆਪਾਂ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਸਰਦਾਰ ਨਿਸ਼ਚਰ ਸਿੰਘ ਦੀ ਬਰਾੜ ਜਨੇਰ ਵਾਲੇ 1000 ਰੁਪਇਆ ਜਨੇਰ ਦੀ ਟੀਮ ਲਈ ਭੇਜਦੇ ਹੈ ਆਹ ਗਬਰੂ ਹੈ ਇੱਕ ਵਾਰੀ ਖੋਸੇ ਗੁਰਜ ਦੀ ਧਰਤੀ ਦਾ ਦਰਤਾ ਹੈ ਜਿਹਨੂੰ ਵਾਸ਼ਿੰਗ ਮਸ਼ੀਨ ਦਿੱਤੀ ਜਾਣੀ ਹੈ ਜਗਵੀਰ ਸਿੰਘ ਦੀ ਠਾਠੀ ਦੇ ਵੱਲੋਂ ਚੱਲ ਵੀ ਨਾਜਾ ਦਾ ਵੱਡੇ ਮਾਨ ਸਮਾਨ ਜਿਵੇਂ ਲਾਂਡੇ ਕਿਹੜੇ ਕਬੱਡੀ ਕੱਪ ਦੇ ਬੋਲਟ ਦਿੱਤਾ ਗਿਆ ਅਗਲੇ ਮੈਚ ਦੀਆਂ ਟੀਮਾਂ ਵੀ ਜਿਹੜੀਆਂ ਫਿਜੁਰ ਤਿਆਰੀ ਮੈਂ ਬੇਨਤੀ ਕਰਾਂਗਾ ਭਲੂਰ ਤੇ ਬਾਬਾ ਹੀਰਾ ਕਬੱਡੀ ਕੱਪ ਦੇ ਡਰਦੀਆਂ ਟੀਮਾਂ ਜੀ ਲਓ ਦੇਖਦੇ ਵੀ ਮਨਪ੍ਰੀਤ ਸਿੰਘ ਦੰਦਾ ਹੁਣ ਪਿੰਡ ਦਾ ਕਬੱਡੀ ਪਾਉਂਦਾ ਹੋਇਆ ਆਹ ਕਹਿੰਦੇ ਵੀ ਲੁਧਿਆਣੇ ਵਾਲਾ ਰਸੂਲਪੁਰੀਆ ਪਹਿਲਾਂ 70 ਕਿਲੋ ਦੇ ਵਿੱਚ ਵੀ ਬੱਲੇ ਬੱਲੇ ਕਰਵਾਈ ਹੈ ਫਿਰ ਕਹਿੰਦੇ ਵੀ ਫਸ ਗਿਆ ਤੰਦੂਰ ਚ ਪਿੱਲਾ ਗੱਲ ਕਸੂਤੀ ਬਣ ਗਈ ਹੈ ਲਓ ਮੇਰੇ ਦਰਸ਼ਕ ਵੀਰੋ ਇੱਥੇ ਰੱਖ ਲੀਤ ਲੀਤ ਸਿੱਟ ਕੇ ਕਿੱਕਰ ਦਾ ਝਾਫਾ ਤੇ ਮਿੱਤਰਾਂ ਨੇ ਰੇਲ ਰੋਕ ਲਈ ਲੀਤ ਸਿੱਟ ਕੇ ਕਿੱਕਰ ਦਾ ਝਾਫਾ ਤੇ ਮਿੱਤਰਾਂ ਨੇ ਰੇਲ ਰੋਕ ਲਈ ਵਜਨ ਦਾ ਵੀ ਕਾਫੀ ਫਰਕ ਹੈ ਪਰ ਲੁਧਿਆਣੇ ਵਾਲਾ ਪਹਿਲਾਂ ਵੀ ਬੱਲੇ ਬੱਲੇ ਕਰਵਾ ਗਿਆ ਲਓ ਦੂਜੇ ਦੀ ਭਾਈ ਹੀ ਕਬੱਡੀ ਖੇਡ ਮੈਦਾਨ ਦੇ ਵਿੱਚ ਆਪਾਂ ਸਾਹਮਣੇ ਦੇਖਦੇ ਵੀ ਬਾਬੇ ਬੱਦਰ ਸਿੰਘ ਦਾ ਪੋਤਰ ਹੈ ਤੇ ਸਰਦਾਰ ਜਗਿੰਦਰ ਸਿੰਘ ਦਾ ਪਾੜ ਪੋਤਰ ਹੈ ਲਓ ਦੂਜੇ ਪਾਸੇ ਕਹਿੰਦੇ ਵੀ ਡੀਏਵੀ ਕਾਲਜ ਜਲੰਧਰ ਲਈ ਵੀ ਬੜੇ ਟੌਪ ਦੇ ਜੱਫੇ ਲਾਏ ਗੋਲ ਗੱਜਣ ਵਾਲੇ ਪਿੰਡ ਦਾ ਬੁੜੀਆ ਬਹੁਤ ਗ੍ਰਹਿਪਾ ਅੱਗੇ ਬੁਲਾਉਂਦੀ ਹੈ ਪਿਆਰ ਦੇ ਨਾਲ ਔਰ ਬੂਟਾ ਕੋਸੇ ਗੋਲ ਦੇ ਪਿੰਡ ਦਾ ਬੜੇ ਵਧੀਆ ਪੁਆਇੰਟ ਦਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ ਬਾਅਦ ਵੀ ਦਾਦਾ ਹੋਰ ਪਿੰਡ ਵਾਲਿਆ ਬਾਹਰ ਨੌਜਵਾਨਾਂ ਕਬੱਡੀ ਖੇਡ ਮੈਦਾਨ ਵਿੱਚ ਚਾਰ ਜਿਹੜੇ ਪੰਜਾਬੀ ਖੋਸੇ ਗੁਰਲ ਦੀ ਧਰਤੀ ਦੇ ਉਡੀਕਦੇ ਨੇ ਗਾਲ ਤਾਂ ਫੜ ਮਾਰਨੀ ਤੇ ਕੰਢ ਪਿੱਛੇ ਕੱਢਣੀ ਬੜੀ ਸੌਖੀ ਗਾਲ ਮਿੱਤਰੋ ਪਤਾ ਲੱਗਦਾ ਮੈਦਾਨ ਵਿੱਚ ਆ ਕੇ ਜਦੋਂ ਪੇਟੇ ਪੈਂਦੇ ਆ ਬਦਾਨਿਆਂ ਨਾਲ ਮਿੱਤਰੋ ਤਾਰਾ ਬਹਾਦਰ ਦੀ ਧਰਤੀ ਦਾ ਨਾਜਵਾਨ ਗਬਰੂ ਖੇਡ ਮੈਦਾਨ ਵਿੱਚ ਗੁੱਟ ਫੜ ਬੈਠਾ ਉਦਲੇ ਬੰਨੇ ਹੋਈ ਪਈ ਕਮਾਲ ਘੜੀ ਦੀਆਂ ਸੋਝਾਂ ਉਦਲੇ ਬੰਨੇ ਸਾਵਾ ਆਪਣੀ ਚੱਲ ਚੱਲਦਾ ਜਾ ਰਿਹਾ ਨਹੀਂ ਰੀਸਾ ਨਹੀਂ ਰੀਸਾ ਗਲਾਬੀ ਵਾਲੀਆਂ ਰੂਪਾਂ ਵੀ ਪੁੱਜਿਆ ਹੋਇਆ
ਸਾਡੀ ਜ਼ਿੰਦਗੀ ਦਾ ਜੇ ਰੱਬੂ ਜੱਫਾ ਲਾਊਗਾ ਗੋਰੇ ਵੱਲੋਂ 500 ਰੁਪਈਆ ਜੱਫੇ ਦੇ ਰੱਬੂ ਦੇ ਲਈ। ਗੋਲੂ ਗ੍ਰਿਪਾ ਗਜਰਵਾਲ ਦੀ ਧਰਤੀ ਦਾ ਗੁਰੂ ਗੋਬਿੰਦ ਸਿੰਘ ਜੀ ਅਕੈਡਮੀ ਕੋਟਲੀ ਥਾਰ ਸਿੰਘ ਵਾਲੇ ਕਹਿੰਦੇ ਵੀ ਸੋਗੀ ਭਾਗੀਗੜ੍ਹ ਦੀ ਟੀਮ ਖੇਡਦਾ ਹੈ। ਬਾਬਾ ਫਿਕਰ ਮਦਾਰ ਜੀ ਉਹਨਾਂ ਦਾ ਕਹਿੰਦੇ ਵੀ ਸੱਚਾ ਸੇਵ ਕਰੋਗੇ ਵਾਲੇ ਸੰਸਥਾ ਦਾ ਕੱਲ੍ਹ ਵੀ ਭਾਗੀਆਂ ਦਾ ਭਾਗ ਦੀ ਵੱਡੀ ਖੇਡ ਮੈਦਾਨ ਦੇ ਵਿੱਚ ਨਾਲ ਹੀ ਪਿੰਡ ਤੇ ਸਦਾ ਦਿੱਤਾ ਜਾ ਰਿਹਾ ਘਲੋੜ ਦੀਆਂ ਟੀਮਾਂ ਨੂੰ ਨਾਲ ਸਾਹਮਣੇ ਨੌਜਵਾਨ ਗੱਭਰੂ ਖੇਡ ਮੈਦਾਨ ਰਸੂਲਪੁਰ ਦੀ ਧਰਤੀ ਮਾਸਤਾ ਦੇ ਤਾਰ ਬਖਸ਼ੇ ਜਾ ਰਹੇ ਲੋ ਦੇਖਦੇ ਨੀ ਹੁਣ ਉਸ ਕੋਲੇ ਪਿੰਡ ਦੇ ਫੂਟੇ ਦੀ ਪਾਈ ਹੋਈ ਕਬੱਡੀ ਤੇ ਭਾਈ ਰੂਪੇ ਵਾਲਿਆ ਜ਼ਰੂਰ ਪੱਕ ਪੂਰਦੀ ਤੇ ਫੂਟੇ ਗੱਲ ਹੁੰਦੀ ਵਸਦੀ ਹੌਲ ਪੈਂਦੇ ਰਹਿਣ ਸੱਚੀ ਟੁੱਟ ਪੈਣੇ ਆ ਜਿੰਦੇ ਨਾਲ ਮੇਰਾ ਮੁੱਖ ਲੱਗਦੀ। ਲਓ ਮਨਪ੍ਰੀਤ ਕਹਿੰਦੇ ਵੀ ਦੱਦਾ ਹੂਰ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਉੱਚਾ ਲੰਮਾ ਗੱਭਰੂ ਤੇ ਉੱਚੀ ਵੀ ਦੇਖ ਆ ਫੜੀ ਗਈ ਭਾਬੀ ਪੂੜੀਆਂ ਮੈਨੂੰ ਮੋਢਾ ਲੈਣ ਦੇ ਵੇਖ ਆ ਫੜੀ ਗਈ ਮਾਏ ਪੂੜੀਆਂ ਮੈਨੂੰ ਮੋਢਾ ਲੈਣ ਦੇ ਵੇਖ ਲਓ ਸਾਹਮਣੇ ਦੇਖਦੇ ਵੀ ਮਨਪ੍ਰੀਤ ਸਿੰਘ ਦੱਦਾ ਹੂਰ ਪਿੰਡ ਦਾ ਔਰ ਸਾਹਮਣੇ ਨੌਜਵਾਨ ਮਾਦਰਾ ਵਾਲਾ ਕਰਦਾ ਕੋਸ਼ਿਸ਼ ਡੱਟ ਲੈਣ ਦੀ ਪਰ ਪੁਆਇੰਟ ਜਿਹੜਾ ਮਨਪ੍ਰੀਤ ਦੱਦਾ ਹੂਰ ਪਿੰਡ ਦਾ ਆਪਣੀ ਟੀਮ ਲਈ ਜੋੜਦਾ ਹੋਇਆ ਉਸੇ ਕੋਟਲੇ ਦਾ ਨਿਰਭੈ ਕਹਿੰਦਾ ਵੀ 2010 ਦੇ ਵਿੱਚ ਬੜਾ ਤਕੜਾ ਖੇਡਿਆ ਮੇਜਰ ਧਨੂਰ ਦੀ ਟੀਮ ਲਈ ਕਰਮਪਾਲ ਸਿੱਧੂ ਦੀ ਟੀਮ ਲਈ ਕੈਨੇਡਾ ਦੇ ਵਿੱਚ ਟੌਪ ਦੇ ਤਾਵੇ ਉਹਦੇ ਹਰਮਿੰਦਰ ਫਤਿਹਗੜ੍ਹ ਦੀ ਟੀਮ ਲਈ ਕਹਿੰਦੇ ਵੀ ਰਾਮ ਸੂਈ ਮਾਧਾ ਖਾਂ ਦੀ ਟੀਮ ਲਈ ਖੇਡਿਆ ਉੱਧਰ ਸਾਰਾ ਜਨੇਰ ਹੀ ਪੈ ਗਿਆ ਤੇ ਪੁਆਇੰਟ ਜਿਹੜਾ ਉਸੇ ਕੋਟਲੇ ਵਾਲੇ ਨਿਰਭੈ ਦੇ ਇਸੇ ਜੋੜਦਾ ਹੋਇਆ ਜਨੇਰ ਪਿੰਡ ਕਹਿੰਦੇ ਵੀ ਨਿਰਭੈ ਇਹ ਨਾਨਕਿਆਂ ਦਾ ਪਿੰਡ ਹੈ ਵੱਡੇ ਮਾਨ ਸਨਮਾਨ ਵੀ ਜਿਹੜੇ ਦਿੱਤੇ ਜਾਂਦੇ ਅੱਜ ਧੰਨਵਾਦ ਕਰਦੇ ਹੈ ਅੱਜ ਕਿੰਨੀ ਪਰਮਾਤਮਾ ਦੀ ਕਿਰਪਾ ਰੱਬ ਨੇ ਦੋ ਮਾਨ ਸਨਮਾਨ ਬਖਸ਼ੇ ਇੱਕ ਟੈਲੀਵਿਜ਼ਨ ਤੇ ਇੱਕ ਵਾਸ਼ਿੰਗ ਮਸ਼ੀਨ ਔਰ ਪਰਮਾਤਮਾ ਨੇ ਜਿਹੜੇ ਵੱਡੇ ਮਾਨ ਸਨਮਾਨ ਬਖਸ਼ੇ ਹੈ ਹਮੇਸ਼ਾ ਸਾਰੀ ਉਮਰ ਇਸ ਨਗਰ ਦੇ ਜਿਹੜੀ ਰਹਾਂਗੇ ਸਾਰੀ ਉਮਰ ਕਹਿੰਦੇ ਜਿਹੜਾ ਕਰਜ਼ਾ ਨਹੀਂ ਲਾ ਸਕਦੇ ਅਸੀਂ ਦੋਨੇ ਵੀਰ ਇਸ ਨਗਰ ਦਾ ਪਰਮਾਤਮਾ ਇਹਨਾਂ ਨੂੰ ਜਿਹੜਾ ਦਿਲ ਦੁੱਖੜੀ ਰਾਤ ਚੌਕੜੀ ਤਰੱਕੀ ਬਖਸ਼ੇ ਜਿਹੜੀ ਵੀ ਸਾਡੀ ਸਮੁੱਚੀ ਮੈਨੇਜਮੈਂਟ ਕਿਵੇਂ ਕੀ ਹੈ ਲਓ ਦੇਖਦੇ ਫਿਰ ਮੋਟੇ ਪੱਟਾਂ ਨੂੰ ਖਿੱਚ ਮੱਚੀ ਹੋਈ ਆ ਖੇਡ ਮੈਦਾਨ ਦੇ ਵਿੱਚ ਰਸੂਲਪੁਰੀ ਆ ਤੇ ਦੂਜੇ ਪਾਸੇ ਸੰਜੇ ਜਨੇਰ ਪਿੰਡ ਵਾਲਾ ਪੁਆਇੰਟ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਪਿੰਡਾਂ ਦੀ ਟੀਮ ਮੈਚ ਸਮਾਪਤੀ ਹੈ ਇਸ ਰਾਜ ਦੀ ਜੇਤੂ ਟੀਮਾਂ ਜੀ ਖੋਸਾ ਕੋਟਲਾ ਦੀ ਖੋਸਾ ਕੋਟਲਾ ਇਸ ਮੈਚ ਦੀ ਜੇਤੂ ਟੀਮ ਹੈ ਭਲੋਰ ਦੇ ਪਿੰਡਰ ਦੀ ਭਲੋਰ ਵਾਸਾ ਪਿੰਡਰ ਜੀ ਦੋਵੇਂ ਟੀਮਾਂ ਕਿੱਥੇ ਨੇ ਜੀ ਭਲੋਰ ਵਾਸੇ ਪਿੰਡਾਂ ਦੀ ਟੀਮ ਪਿੰਡਾਂ ਦੀ ਟੀਮ ਪੁੱਜ ਗਈ ਜੀ ਭਲੋਰ ਪੁੱਜੇ ਜਲਦੀ ਨਾਲ ਬਹੁਤ ਮਿਹਰਬਾਨੀ ਹੈ ਪਿੰਡਾਂ ਵਾਲੇ ਵਰਗ ਤੇ ਮੇਰੀ ਬੇਨਤੀ ਇੰਦਗੜ੍ਹ ਦੀ ਟੀਮ ਜੀ ਇਹ ਵੇੜ ਪਾ ਦੇ ਟੀਮਾਂ ਪੁੱਜਣ ਜਲਦੀ ਨਾਲ ਇੰਦਗੜ੍ਹ ਵਰਸ ਵਰਗ ਜੀ ਦੋਵੇਂ ਟੀਮਾਂ ਵੇੜ ਪਾ ਦੇ ਵਿੱਚ ਪੁੱਜਣ ਗਈਆਂ ਜਨੇਰ ਦੀ ਟੀਮ ਆਪਣੇ ਮਾਨ ਸਨਮਾਨ ਲੈ ਰਹੇ ਜਨੇਰ ਦੀ ਟੀਮ ਨੂੰ ਬੇਨਤੀ ਹੈ 1000 ਰੁਪਇਆ ਸਰਦਾਰ ਨਿਸ਼ਾਕਰ ਸਿੰਘ ਜੀ ਬਰਾੜ ਸਾਹਿਬ ਜੋ ਕਿ ਬੜਾ ਮਾਣ ਮਿਲਿਆ ਸੀ ਆਪਣੇ ਇਲਾਕੇ ਦੇ 15 ਪਿੰਡਾਂ ਦੇ ਵਿੱਚੋਂ ਪਹਿਲਾ ਨਿਸ਼ਾਨ ਜਿਹੜੇ ਫੋਰਸ ਦੇ ਵਿੱਚ ਨੌਕਰੀ ਕੀਤੀ ਬੜੇ ਮਾਣ ਸਨਮਾਨ ਮਿਲੇ ਕੱਲ੍ਹ ਵੀ ਪਾਣੀ ਵੱਲੋਂ ਚੱਲਦੀ ਹੈ ਔਰ ਬੜਾ ਮਾਣ ਸਨਮਾਨ ਸਾਡੇ ਵੀਰਾਂ ਵੱਲੋਂ ਵੀ ਦਿੱਤਾ ਗਿਆ ਆਪਾਂ ਧੰਨਵਾਦ ਕਰਦੇ ਹਾਂ ਨਿਸ਼ਾਕਰ ਸਿੰਘ ਜੀ ਬਰਾੜ ਸਾਹਿਬ ਤਖ਼ਤ ਦੇ ਧਨੀ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਬੜੇ ਮਾਣ ਸਨਮਾਨ ਭੇਜੇ ਹੈ ਪਿੰਡ ਦੀ ਟੀਮ ਦੇ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਣਾ ਇਹਨਾਂ ਨੇ
ਸਾਡੀ ਟੂਰਨਾਮੈਂਟ ਕਮੇਟੀ ਨੂੰ 5,500 ਰੁਪਏ ਦੀ ਜਿਹੜੀ ਹੈ ਸਾਡਾ ਦਿੱਤੀ ਹੈਗੀ ਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਲਵਿੰਦਰ ਸਿੰਘ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਚੀਮਾ ਔਰ ਪਿੰਦਰ ਲੋਟਾ। ਮੈਚ ਜੀ ਸ਼ੁਰੂ ਕਰਵਾ ਦਿੱਤਾ ਜਾਵੇ ਜੀ ਭਲੂਰ ਤੇ ਪਿੰਡ ਦੇ ਦਰਮਿਆਨ ਵਰਿੰਦ ਦੇਵਗੜ ਦੀ ਟੀਮ ਜਿਹੜੀ ਉਹ ਫਿਰ ਖਿਲਾ ਦੋ ਗੱਲੀ ਕਾ ਪਹੁੰਚਣ ਕਿਹੜੇ ਚੈਨਲ ਚੱਲਦਾ ਨਾਲ ਹੀ ਉਹ ਦੁਨੀਆਂ ਦਾ ਮਹਾਨ ਦੁਨੀਆਂ ਦਾ ਮਹਾਨ ਪ੍ਰਮੋਟਰ ਹੈ ਬਾਈ ਜੁਗਮੇਲ ਖੱਟੀ ਵਾਲਾ, ਆਪਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਦੁਨੀਆਂ ਦਾ ਮਹਾਨ ਪ੍ਰਮੋਟਰ ਜਗਮੇਲ ਖੱਟੀ ਜੀ, ਆਪਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਅੱਜ ਦੋ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ, ਇੱਕ ਜਲਾਲਾਬਾਦ ਦੇ ਸੋਹਣੇ ਨੂੰ ਦਿੱਤੀ ਜਾਣੀ ਹੈ ਤੇ ਇੱਕ ਵਾਸ਼ਿੰਗ ਮਸ਼ੀਨ ਕਹਿੰਦੇ ਵੀ ਖੋਸੇ ਕੋਰਨੇ ਦੇ ਦਰਭੈ ਦੇ ਲਈ ਵੱਡਾ ਦਾਨ ਹੋਵੇਗਾ। ਸਾਡੇ ਨਾਲ ਦੀ ਸਰਕਾਰ ਦੇ ਯੋਗ ਨੇ ਸਾਡੇ ਜਗਮੇਲ ਦੀ ਖੱਟੀ ਭਾਈ, ਇੱਕ ਵਾਰੀ ਤੁਹਾਡੇ ਲਈ ਮੈਂ ਉਹ ਰੂਬਰੂ ਮਹਾਨ ਸ਼ਖਸੀਅਤ ਕਰਨ ਜਾ ਰਿਹਾ ਜਿਹਨਾਂ ਨੇ ਅੱਜ ਖੋਸੇ ਗੁਰਮੇ ਦੇ ਨਰਪੈ ਨੂੰ ਵਾਸ਼ਿੰਗ ਮਸ਼ੀਨ ਦੋਨੀ ਰਾਣੀ ਹੈ। ਜਗਮੇਲ ਦੀ ਦਰਸ਼ਕਾਂ ਨਾਲ ਪਾਕਿਸਤਾਨ ਦੀ ਕਰੋ ਔਰ ਸਾਡੇ ਦਰਮਿਆਨ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਜੀ। ਸੋਨਿਹਾਲ ਮਹਾਨ ਸ਼ਖਸੀਅਤ ਦੇ ਲਈ ਔਰ ਬਹੁਤ ਵੱਡਾ ਧੰਨਵਾਦ ਹੈ ਜਗਮੇਲ ਖੱਟੀ ਜੀ। ਖੱਟੀ ਭਾਈ ਦੀ ਧਰਤੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕੇ ਨੇ, ਜਿਹਨਾਂ ਨੇ ਜਿਹੜੀ ਵਾਸ਼ਿੰਗ ਮਸ਼ੀਨ ਹੈ ਖੋਸੇ ਗੁਰਮੇ ਦੇ ਦਰਪੈ ਨੂੰ ਦੇਣੀ ਹੈ ਤੇ ਨਾਲ ਜਲਾਲਾਬਾਦ ਦੇ ਸੋਹਣੇ ਨੂੰ ਜਿਹੜੀਆਂ ਦੋ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਜਿਸ ਧਰਤੀ ਤੇ ਸਰਦਾਰ ਜਗਮੇਲ ਸਿੰਘ ਦੀ ਖੱਟੀ ਭਾਈ ਔਰ ਉਹਦੇ ਬੰਦੇ ਭਲੂਰਾ ਜੀ, ਭਲੂਰ ਦੀ ਟੀਮ ਜਿਹੜੀ ਪਿੰਡ ਵਾਲੀ ਸਾਹਿਬ ਹੈ ਆਦਰ ਸਤਿਕਾਰ ਤੇ ਪਿਆਰ ਦੇ ਜੇ ਪਲ ਹੈ ਮਾਡੋ ਦੇ ਇਕਮਾਲ ਨਾਲ ਮਹਿਸੂਸ ਕਰਦਾ ਹੋਇਆ ਧਰਮ ਕੋਟੀਆਂ ਲੱਖਾਂ ਸਮੇਂ ਕਬੱਡੀ ਕਰ ਰਿਹਾ ਹੈ ਜਿਹੜਾ ਕਹਿੰਦੇ ਵੀ ਮਹੀਆਂ ਵਾਲੇ ਦੇ ਕਬੱਡੀ ਕਰਦੇ ਬੈਸਟ ਧਾਰੀ ਟੱਕੜੇ ਕੀਤਾ ਗਿਆ ਇਹ ਨੌਜਵਾਨ ਧਰਮ ਕੋਟੀਆਂ ਲੱਖਾਂ ਅਗਲੀ ਕਬੱਡੀ ਭਲੂਰ ਦੇ ਨੌਜਵਾਨ ਦੀ ਹੈ ਇੱਕ ਦੜ ਤੇ ਮੇਰੀ ਬੇਟੀ ਬਾਰੇ ਜੀ ਦੋਵੇਂ ਨੀਵਾਂ ਬੇਟ ਪਾ ਦੇ ਪੂਜਾ ਜਲਦੀ ਨਾਲ ਉਸ ਤੋਂ ਬਾਅਦ ਕੋਤਰੀ ਕੋਤਰੀ ਦੇ ਬਾਬਾ ਮੋਤੀ ਰਾਮ ਕੜੀਆਂ ਗਗੜਾ ਜੀ ਨਾਲ ਮੇਰੀ ਬੇਨਤੀ ਸਾਬਲ ਦੇ ਭਾਤਪੁਰ ਗਗੜਾ ਰਾਣਾ ਗਲਵਦਾਦਰ ਦੇ ਲੋਕੋ ਸੁਰਸਿੰਘ ਦੇ ਭਰਾਣਾ ਦੀ ਰਾਜਕੋਟ ਨੂੰ ਪਾਈ ਹੈ ਤੇ ਸਾਰੀਆਂ ਟੀਮਾਂ ਆਪਣੇ ਪਹਿਲੇ ਦੂਸਰੇ ਰਾਊਂਡ ਦੀਆਂ ਟੀਮਾਂ ਨੇ ਆਪਣੇ ਮੁਕਾਬਲੇ ਨੋਟ ਕਰ ਲੈਣ ਲਓ ਦੇਖਦੇ ਵੀ ਸਾਹਮਣੇ ਕਹਿੰਦੇ ਵੀ ਭਿੰਡਰਾ ਵਾਲੇ ਚਾਰਦੇ ਨੇ ਦੋ ਫੁੱਟ ਕਬੱਡੀ ਖੇਡਦੇ ਆ ਆਓ ਦੇਖਦੇ ਵੀ ਉਸ ਤੋਂ ਬਾਅਦ ਜਿਹੜਾ 70 ਕਿਲੋ ਦਾ ਫਾਈਨਲ ਮੈਚ ਹੈ ਉਹ ਕਰਵਾਇਆ ਜਾਣਾ ਹੈਗਾ ਜਿਹੜਾ ਕਬੱਡੀ 70 ਕਿਲੋ ਫਟਾਫਟ ਕੱਪੜੇ ਲਾ ਕੇ ਆ ਜਾਓ ਮੌਸਮ ਬਹੁਤ ਖਰਾਬ ਹੈ ਆਪਾਂ ਸਮੇਂ ਸਿਰ ਕੰਮ ਕਰਵਾਈਏ ਇੰਦਰਗੜ੍ਹ ਵਸੋਂ ਸੂਪਰ ਦਾਲੀ 21 ਦੇ 22 ਦੀ ਨੂੰ ਬਾਕੇ ਪ੍ਰਾਣੇ ਦੇ ਕਬੱਡੀ ਕੱਪ ਦੇ ਰੌਣਕਾਂ ਲੱਗੀਆਂ ਸਾਡੇ ਜਿਹੜੇ ਸੋਕੇ ਨੂੰ ਕਹਿੰਦੇ ਵੀ ਬਹੁਤ ਮੋਟਰਸਾਈਕਲ ਦਿੱਤਾ ਜਾ ਰਿਹਾ ਹੈ ਆਪਾਂ ਸਾਰਿਆਂ ਦੇ ਪੁੱਜ ਲਈ 22 ਤਰੀਕ ਇਹ ਕਹਿੰਦੇ ਬਾਕੇ ਪ੍ਰਾਣੇ ਦੇ ਕਬੱਡੀ ਕੱਪ ਦੇ ਤਰੀਕ ਹੈ ਲਾਠੀ ਹੋਈ ਜਾਟਾ ਯੂਕੇ ਨਾਲ ਅਵਤਾਰ ਬ੍ਰਾਂਡ ਹਾਂਗਕਾਂਗ ਲੱਗੀਆਂ ਉਹਨਾਂ ਵੱਲੋਂ ਮਾਨ ਸਨਮਾਨ ਦਿੱਤੇ ਜਾ ਰਹੇ ਹੈ
ਆਓ ਦੇਖਦੇ ਵੀ ਹਰਪ੍ਰੀਤ ਸਿੰਘ ਖੰਨਾ ਭਿੰਡਰ ਪਿੰਡ ਵਾਲਾ ਇਸ ਵੇਲੇ ਕਬੱਡੀ ਪਾਉਣਾ ਹੋਇਆ ਖੇਡ ਮੈਦਾਨ ਦੇ ਵਿੱਚ। ਨਾਲ ਹੀ ਸਰਦਾਰ ਬਲਵਿੰਦਰ ਸਿੰਘ ਜੀ ਵੀਡੀਓ ਉਹਨਾਂ ਵੱਲੋਂ ਕਹਿੰਦੇ ਵੀ ਬੰਦੇ ਬਾਲ ਸਮਾਨ ਦਿੱਤੇ ਜਾਂਦੇ ਜਿਹੜੇ ਮੋਟਰਸਾਈਕਲ ਦੇ ਨਾਲ ਉਗਰੀ ਜਾਂਦੇ ਬੂਟੇ ਨੂੰ ਆਪਾਂ ਧੰਨਵਾਦ ਕਰਦੇ ਸਰਦਾਰ ਬਲਵਿੰਦਰ ਸਿੰਘ ਜੀ ਵੀਡੀਓ ਨੂੰ ਨਾਲ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਣਾਵੇ ਦੇ ਕਬੱਡੀ ਕੱਪ ਦੇ ਬੰਦੇ ਬੰਦੇ ਹੋਈ ਹੈ। ਕਹਿੰਦੇ ਵੀ ਜਿਹੜੀ ਅਮਰੀਕਾ ਦੇ ਡੇਟਾਂ ਨੇ ਇੱਕ ਦੋ ਦਿਨਾਂ ਦੇ ਵਿੱਚ ਫਾਈਨਲ ਅਮਰੀਕਾ ਦੱਸ ਦਿੱਤੀ ਹੈ ਜਾਣਗੀ ਹੈ। ਆਪ ਸਭ ਦੇ ਨਾਲ ਆਪਾਂ ਤਰੀਕਾ ਸਾਂਝੀਆਂ ਕਰਾਂਗੇ ਜਿਹੜਾ ਬਣਾਵੇ ਦਾ ਕਬੱਡੀ ਕੱਪ। ਕਹਿੰਦੇ ਵੀ ਆਲਟੋ ਤੇ ਬੁਲਟ ਮੋਟਰਸਾਈਕਲ ਸਭ ਪਿਛਲੇ ਸਾਲ ਆਈ ਜਲਦੀ ਨਾਲ ਦਰਬਾਰ ਦੇ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਐਤਗੜ ਦੇ ਬਾਰੇ ਜੀ। ਇਸ ਤੋਂ ਬਾਅਦ ਜਿਹੜਾ ਮੈਚ ਹੋਣਾ ਕੋਕਲੀ ਤੇ ਮੋਦੀ ਰਾਮ ਮੰਡੀਲਾ ਵਰਗਾ ਜੀ ਨਾਲ ਸਾਫਾ ਤੇ ਭਾਰਤਪੁਰ ਵਰਗਾ ਲੋਕੋ ਦੇ ਰਾਵਰ ਜੀ ਰਾਣਾ ਕਬੱਡੀ ਕਲੱਬ ਸੋਸੇ ਦੇ ਪ੍ਰਧਾਨਾਂ ਦੀ ਇਹ ਟੀਮਾਂ ਜਿਹੜੀਆਂ ਆਪਾਂ ਆਪਣੇ ਮੈਚ ਲਈ 4 ਵਜੇ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ ਔਰ ਨਾਲ ਹੀ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਕਿਰਪਾ ਕਰਕੇ ਚਾਹ ਪਾਉਣ ਦੀ ਕਰ ਦਿੱਤੀ ਜਾਵੇ। ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਚਾਹ ਪਾਉਣ ਦੀ ਕਰ ਦਿੱਤੀ ਜਾਵੇ। ਔਰ ਨਾਲ ਹੀ ਜਿਹੜਾ ਵੀਰਾਂ ਨੇ ਅਨਾਊਂਸ ਕਰਵਾਇਆ ਵੀ ਅਗਲੇ ਸਾਲ ਬਾਰਸਲ ਵਾਲ ਦੇਣੇ ਹੈ ਆਪਾਂ ਨਾਲ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹੈ ਜਿਹੜੇ ਅਨਾਊਂਸ ਕਰਵਾਇਆ ਵੀ ਅਗਲੇ ਸਾਲ ਵੱਡੇ ਮਾਨ ਸਨਮਾਨ ਦਿੱਤੇ ਜਾਣੇ ਹੈ ਆਪਾਂ ਉਹਨਾਂ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿੰਨੇ ਵੀ ਸਾਡੇ ਦਾਦੀ ਵੀਰਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਪਹਿਲਾ ਰਾਊਂਡ ਦੂਸਰਾ ਰਾਊਂਡ ਇਸ ਤੋਂ ਬਾਅਦ ਤੀਸਰਾ ਰਾਊਂਡ ਸ਼ੁਰੂ ਹੋਣਾ ਹੈ। ਬਾਅਦ ਜੀ ਕਰਕੇ ਮੈਚ ਦੇਖਾਂਗੇ ਕਿ ਕੋਈ ਟੀਮਾਂ ਜਿਹੜੀਆਂ ਚੋਟੀ ਦੀਆਂ ਰਹਿ ਜਾਣਗੀਆਂ ਤੀਸਰੇ ਰਾਊਂਡ ਦੇ ਵਿੱਚ। ਐਲਈਡੀਆਂ ਦੁੱਗੀਆਂ ਜਾਣੀਆਂ ਵੈਂਟੀਲੇਟਰ ਦਾ ਵਿਦਿਆਰਥੀ ਨੂੰ ਨਾਲ ਹੀ 41,000 ਰੁਪਇਆ ਪਾਸਪੋਰਟ ਸੈਂਟਰ ਦਾ ਪ੍ਰਾਈਜ਼ ਦਿੱਤਾ ਜਾਵੇਗਾ। ਇੰਦਰਗੜ੍ਹ ਦੀ ਟੀਮ ਵੀ ਪੁੱਜ ਚੁੱਕੀ ਹੈ। ਮੈਚ ਜਿਹੜਾ ਸ਼ੁਰੂ ਹੋਵੇਗਾ ਦੋਵੇਂ ਟੀਮਾਂ ਪਾਸੇ ਵੱਲ ਲੱਗੀ ਜਲਦੀ ਨਾਲ। ਇਸ ਤੋਂ ਬਾਅਦ ਕੋਕਲੀ ਤੇ ਮੋਦੀ ਰਾਮ ਮੰਡੀਆ ਵਰਗਾ ਉਹ ਟੀਮਾਂ ਬੇਟ ਲਾਉਣ ਦੇ ਲਈ ਤਿਆਰ ਰਹਿਣਗੀਆਂ ਜੀ। ਮੋਦੀ ਰਾਮ ਮੰਡੀਆ ਵਰਗਾ ਤੇ ਬੇਨਤੀ ਹੈ ਕੋਕਲੀ ਦੀ ਟੀਮ ਜਿਹੜੀ ਬੇਟ ਲਾਉਣ ਦੇ ਵਿੱਚ ਮੋਦੀ ਆਪਣੀ ਤਿਆਰੀ ਰੱਖੇ ਨਾਲ ਸਾਫਵਾ ਤੇ ਭਾਰਤਪੁਰ ਗੰਗਾ ਜੀ ਲੋਕੋ ਰਾਣਾ ਕਲੱਬ ਬਹਾਦਰ ਸੁਰਸ਼ਿਰ ਦੇ ਭੜਾਣੇ ਦੀਆਂ ਟੀਮਾਂ ਸਾਰੀਆਂ ਟੀਮਾਂ ਸਰਦਾਰ ਦੇ ਖਿਡਾਰੀਆਂ ਨੂੰ ਬੇਨਤੀ ਹੈ ਆਪ ਆਪਣੀ ਜਿਹੜੀ ਇਹ ਟੀਮਾਂ ਤਿਆਰੀ ਰੱਖਣਗੀਆਂ। ਇੱਕ ਪਾਸੇ ਤੇ ਦੂਜੇ ਪਾਸੇ ਜਿਹੜੀ ਐਤਗੜ ਦੀ ਟੀਮ ਹੈ ਮੈਚ ਜਿਹੜਾ ਕਾਫੀ ਵਧੀਆ ਖੇਡਿਆ ਜਾਣਾ ਹੈ। ਵਰੇ ਵਾਪਸੀ ਚ ਐਤਗੜ ਦੀ ਟੀਮਾਂ ਦੇ ਵਿਚਕਾਰ ਜਿਹੜਾ ਬੜਾ ਵਧੀਆ ਮੈਚ ਖੇਡਿਆ ਜਾਣਾ ਹੈ ਔਰ ਜਿੰਨੀਆਂ ਵੀ ਸਨਮਾਨਿਤ ਸ਼ਖਸੀਅਤ ਔਰ ਸਟੇਜ ਦੇ ਸੁਸ਼ੋਭਤ ਹੈ ਆਪਾਂ ਸਾਰੇ ਦਾ ਧੰਨਵਾਦ ਕਰਦੇ ਜਿਹੜੇ ਵੀ ਇਲਾਕੇ ਭਰ ਦੀ ਸਾਜਤ ਪੁੱਜੀ ਹੋਈ ਹੈ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਔਰ ਜਿਹੜਾ ਬੈਟ ਗਰਾਊਂਡ ਦੇ ਵਿੱਚ ਖੇਡਿਆ ਜਾਣਾ ਇੱਕ ਪਾਸੇ ਵਰਿਆ ਦੀ ਟੀਮ ਕਹਿੰਦੇ ਵੀ ਪੂਰਨ ਪ੍ਰਭਾਵ ਤੇ ਕਬੱਡੀ ਖੇਡੀ ਹੈ ਵਰਿਆ ਵਾਲੇ ਜੀਤ ਨੇ ਕਬੱਡੀ ਖੇਡੀ ਹੈ ਅੱਜ ਮਾਨ ਸਨਮਾਨ ਵੀ ਦਿੱਤਾ ਜਾਣਾ ਹੈ ਤੇ ਦੂਜੇ ਪਾਸੇ ਜਿਹੜੀ ਐਤਗੜ੍ਹ ਦੀ ਟੀਮ ਹੈ ਅਸੀਂ 2014 ਦੇ
ਜਾਤੀ ਹੈ ਵਰੇ ਪਿੰਡ ਦਾ ਦੀਪਾ ਹਲੋ
ਅਸੀਂ ਦਰਸ਼ਕਾਂ ਨੂੰ ਇਹ ਸੂਚਨਾ ਦਿੰਦੇ ਹਾਂ ਕਿ ਸਾਡੇ ਗੁਰਦੁਆਰਾ ਸਾਹਿਬ ਨੇ ਜਿਹੜੀ ਇੱਕ ਪਾਲਕੀ ਵੈਨ ਬਣਾਈ ਜਾ ਰਹੀ ਹੈ, ਜਿਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸੇਵਾਦਾਰ ਪਹੁੰਚ ਗਏ ਆ। ਅਸੀਂ ਹੋਰ ਵੀ ਕਿਸੇ ਤੋਂ ਮੰਗ ਕਰਦੇ ਹਾਂ, ਜੇ ਕਿਸੇ ਨੇ ਕੋਈ ਹਿੱਸਾ ਮੁੱਕਾ ਹੋਏ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ। ਮੇਰੇ ਵੀਰੋ, ਪਾਲਕੀ ਵੈਨ ਬਣਾਈ ਜਾ ਰਹੀ ਹੈ ਗੁਰਦੁਆਰਾ ਸਾਹਿਬ ਵਾਸਤੇ, ਮਹਾਰਾਜ ਸੂਚ ਲਾਉਣ ਵਾਸਤੇ, ਉਹਦੇ ਵਿੱਚ ਸਹਾਇਤਾ ਜੇ ਵੀ ਕਰਨੀ ਚਾਹੁੰਦਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ। ਬਾਬਾ ਬੋਲਜੀ ਰਾਮ ਕੋਟੀ ਰਾਮ ਗਗੜਾ ਤੇ ਬੇਨਤੀ ਹੈ ਟੋਕਰੀ ਦੀ ਟੀਮ ਨੂੰ ਵੀ, ਉਹਦੇ ਬੰਨੇ ਇੱਕ ਬੰਨੇ ਧਾਰਾ ਸ਼ਰੀਰ ਹੈ, ਕਹਿੰਦੇ ਵੀ ਫੇਰ ਮਨਾ ਅਗਲੀ ਕਬੱਡੀ ਫਿਰ ਪੌੜਾ ਹੋਇਆ ਖੇਡ ਮੈਦਾਨ ਦੇ ਵਿੱਚ।
ਬਾਬੀ ਕਦਰਾ ਬਾਦਰ ਦੀ ਧਰਤੀ ਤੇ ਕਬਰ ਦੀ ਪਾਈ ਹੋਈ ਕਬੱਡੀ ਫੇਰ ਦਾ ਬੜਾ ਨਾਮ ਹੈ ਉਹਦੇ ਲਈ ਬੰਦੇ ਮਾਣ ਹੁੰਦਾ ਜੋਨਾ ਇੰਦਗੜ ਦੀ ਧਰਤੀ ਦਾ ਕਬਰੂ ਕਹਿੰਦੇ ਨੇ ਕਹਾਉਂਦੇ ਯਾਰੋ ਧਾਰੀਆਂ ਨੂੰ ਫੜਦਾ ਲੱਗਦਾ ਵਕੀਰਾ ਜਿਵੇਂ ਬਿਜਲੀ ਤੇ ਚੱਲਦਾ ਲੱਗਦਾ ਵਕੀਰਾ ਜਿਵੇਂ ਬਿਜਲੀ ਤੇ ਚੱਲਦਾ ਬਹੁਤ ਹੀ ਕਦਰਾ ਜੱਫਾ ਇੱਕ ਬਾਰੇ ਸਰਦਾਰ ਸੋ ਸਿੰਘ ਦੇ ਪੁੱਤਾ ਮਾਤਾ ਬਖਤਿਆਰ ਕੌਰ ਦੀ ਕੁੱਖ ਤੋਂ ਸਬਰ ਕਰਨ ਵਾਲਾ ਇੱਕੋ ਇੱਕ ਪੁੱਤ ਹੈ ਲੱਗਦਾ ਦੇ ਬੰਦੇ ਦੇਖਦੇ ਵੀ ਛੋਟੀ ਉਮਰੇ ਪਿਤਾ ਦਾ ਸਾਇਆ ਸਿੱਧ ਉੱਠਿਆ ਪਰ ਉਹ ਜਿਹੜੀ ਮਨੋਕਾਮਨਾ ਪੂਰੀ ਕੀਤੀ ਹੈ ਕਬੱਡੀ ਕਰਕੇ ਜਿੱਥੋਂ ਮਾਤਾ ਗਏ ਸੀ ਸਰਾਰੀ ਨੇ ਔਰ ਵਧੀ ਦੇ ਪਿੰਡ ਦੀ ਪਾਈ ਹੋਈ ਕਬੱਡੀ ਜਿੱਥੇ ਕਹਿੰਦੇ ਵੀ ਵਧੀ ਦਾ ਕੀਪਾ ਦੁਨੀਆਂ ਦਾ ਟਾਪਰ ਖਿਡਾਰੀ ਹੈ ਬਾਹਰ ਹਾਜ਼ਰ ਨਾਲ ਚੀਤੇ ਦਾ ਖਿਤਾਬ ਕਿਸੇ ਗੱਲ ਨਾਲ ਪਾਇਆ ਔਰ ਬਾਰੀ ਦਾ ਜਿਹੜਾ ਕਬੱਡੀ ਇਹ ਮੈਦਾਨ ਵਿੱਚ ਲਾਜੀ ਮੋਤੀ ਰਾਮ ਕਬੱਡੀ ਦਾ ਗਬੜਾ ਪੁੱਜ ਦਿੰਦੀ ਹੈ ਤੇ ਨਿਆਜ ਵੜ ਕਬਰੋਂ ਟੋਕਰੀ ਦੇ ਖਿਡਾਰੀ ਦਾਰੀ ਖੋਸੇ ਦੇ ਉਹਦੀ ਧਰਤੀ ਦਾ ਨਿਰ ਪਾਇਆ ਆ ਜਾਵੇ ਜਿਹਨੂੰ ਸਰਦਾਰ ਜਗਮੇਰ ਸਿੰਘ ਜੀ ਫਾਠੀ ਭਾਈ ਵੱਲੋਂ ਵਾਸ਼ ਮਸ਼ੀਨ ਦੇ ਕੇ ਸਨਮਾਨ ਕੀਤਾ ਜਾਣਾ ਹੈ ਉਹ ਇੰਨਾ ਸੋਹਣਾ ਜਲਾਲਾ ਵਧੀਆ ਰਸੂਲਪੁਰ ਭੈਣਗੜ ਕਬੱਡੀ 70 ਕਿਲੋ ਇਹ ਵੀ ਟੀਮਾਂ ਜਾਂਦੇ ਜਾਂਦੀ ਪਹੁੰਚਾ ਰਸੂਲਪੁਰ ਭੈਣਗੜ ਲਾ ਜੀ ਰਸੂਲਪੁਰ ਭੈਣਗੜ ਦਾ ਜਿਹੜਾ ਮੈਚ ਅਸੀਂ ਕਰਾਵਾਂਗੇ ਇਹ ਦੂਜੇ ਰਾਉਂਡ ਦੇ ਸਾਰੇ ਮੈਚਾਂ ਤੋਂ ਬਾਅਦ ਵਿੱਚ ਹੋਏਗਾ ਦੋ ਮੈਚ ਬਾਕੀ ਹੈ ਆਪਣੀਆਂ ਟੀਮਾਂ ਜਿਹੜੀਆਂ ਤਿਆਰੀ ਰੱਖਣ ਬਹੁਤ ਹੀ ਸੋਹਣਾ ਚੱਲਦਾ ਹੋਇਆ ਕਬੱਡੀ ਦਾ ਮੈਚ ਫਿਰ ਮੈਦਾਨ ਵਿੱਚ ਦੋ ਜਿਹੜਾ ਚਾਰਾਂ ਵਿੱਚ ਹਨ ਦੋ ਦਿਸਦੇ ਚੜ ਜਾਂਦਾ ਚਾਰ ਜਦੋਂ ਖਿਡਾਰੀ ਕਿਵੇਂ ਦਿਸਦੇ ਜਾਵਾ ਬਲਿਹਾਰ ਜੀ ਦੇ ਕਾਲੇ ਦੀ ਕੱਢੀ ਖੇਡਦੀ ਕਬੱਡੀ ਯਾਰ ਖੇਡਦੀ ਕਬੱਡੀ ਕਈ ਖੇਡ ਦਿੰਦੇ ਕਿੰਨੇ ਯਾਰੋ ਖੇਡ ਖੇਡ ਛੱਡੀ ਇਸ ਮੈਚ ਦੀ ਜੇਤੂ ਟੀਮ ਜੋਰਾ ਜੀ ਮੈਂ ਸੱਤ ਬਾਬਾ ਕਰਮ ਸਿੰਘ ਜੀ ਕਬੱਡੀ ਕਲੱਬ ਐਂਦਗੜ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਲਾਗੇ ਆ ਜਾਵੇ ਔਰ ਨਾਲ ਹੀ ਦੁਨੀਆਂ ਦਾ ਮਹਾਨ ਪ੍ਰਮੋਟਰ ਭਾਈ ਜਗਵੇਲ ਫੱਟੀ ਆਪਾਂ ਵਿਸ਼ੇਸ਼ ਤੌਰ ਤੇ ਤਾਲ ਕਰਦੇ ਹੈ ਬੇਨਤੀ ਹੈ ਜੀ 7:30 ਤੇ 8 ਪੁਆਇੰਟਾਂ ਦੀ ਪਹਿਲੇ ਵਾਲੇ ਫੌਜੀ ਇਸ ਮੈਚ ਦੇ 7:30 ਤੇ 8 ਜਿਹੜੇ ਪੁਆਇੰਟ ਹੈ ਟੀਮਾਂ ਨੋਟ ਕਰ ਮੇਰਾ ਭੈਣ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਲਾਗੇ ਆ ਜਾਵੇ ਕਿਰਪਾ ਕਰਕੇ ਲਾਲ ਜਲਾਲਾਬਾਦ ਪਿੰਡ ਦਾ ਹੈਲੋ ਉਹਨਾਂ ਵੀ ਆ ਜਾਵੇ ਹਾਂਜੀ ਅਸੀਂ ਕਹਿੰਦੇ ਮਾਰ ਕਿਆ ਕਹਿੰਦੇ ਲੱਗੇ ਕਿਹੜੇ ਜਿਹੜੇ ਤਰਾਲ ਦਾ ਸਟੇਜ ਕੋਈ ਆ ਸਕਦਾ ਕਬੱਡੀ ਮੈਚ ਜਲਦੀ ਨਾਲ ਸ਼ੁਰੂ ਕਰਾ ਦੇਣੀ 7:30 ਤੇ 8 ਪੁਆਇੰਟ ਇਸ ਮੈਚ ਦੇ ਖੇਡ ਮੈਦਾਨ ਦੇ ਵਿੱਚ ਲੱਗਾਂਗੇ ਜਲਦੀ ਨਾਲ ਮੈਚ ਸ਼ੁਰੂ ਕਰਾ ਦਿਓ ਜੀ ਗਗੜ ਦੀ ਟੀਮ ਪੁੱਜੂਗੀ ਹੈ ਬਾਬਾ ਮੋਤੀ ਰਾਮ ਕਬੱਡੀ ਕਲੱਬ ਭਾਠੇ ਵਾਲੀ ਸਾਹਿਬ ਦੇ ਦੂਸਰੇ ਬੰਨੇ ਟੀਮ ਹੈ ਕੋਕਲੀ ਦੀ ਉਧਰਲੇ ਬੰਨੇ ਖੋਸੇ ਗੋਲੇ ਦੇ ਨਰਪੈ ਦੇ ਮਹਾਨ ਬੰਨੇ ਮਾਨ ਸਨਮਾਨ ਜਿਹੜੇ ਵਾਸ਼ਿੰਗ ਮਸ਼ੀਨ ਦੇ ਨਾਲ ਹੋਣਗੇ ਬੜਾ ਧੰਨਵਾਦ ਹੈ ਭਾਵੇਂ ਨਾਲ ਦੇ ਰਵੀ ਜਲਾਲਾਬਾਦੀ ਹੈ ਸੋਹਣਾ ਉਹ ਸਰੀਰ ਦਾ ਵੀ ਬਹੁਤ ਬੜਾ ਸੋਹਣਾ ਮਾਨ ਸਨਮਾਨ ਹੋਣਾ ਲਓ ਇੱਕ ਦੀ ਮਨਦੀਪ ਟੋਕਰੀ ਦੀ ਧਰਤੀ ਆ ਅਗਲੀ ਕਬੱਡੀ ਕੋਰਟ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਭਾਗਾ ਭਾਗਾ ਜਿੱਤ ਜੋ ਫੁੱਟ ਦੇ ਬੀਜ ਬੀਜੇ ਸਦਾ ਬਚ ਕੇ ਰਹੀਏ ਉਸ ਜਿਲ੍ਹਾ ਕੋਲੋ ਘਰ ਫੁੱਕੇ ਰਹੇ ਸਦਾ ਸਿਆਣਿਆਂ ਦੇ ਤੇ ਅੱਗ ਲੱਗੀ ਨੀ ਕਦੇ ਜਵਾਬ ਕੋਲੋ ਘਰ ਫੁੱਕੇ ਰਹੇ ਸਦਾ ਸਿਆਣਿਆਂ ਦੇ ਤੇ ਅੱਗ ਲੱਗੀ ਨੀ ਕਦੇ ਜਵਾਬ ਕੋਲੋ ਜਿਹੜੇ ਕਹਿੰਦੇ ਕਹਿੰਦੇ ਵੀ ਦਿਲ ਹਰਦੀਪ ਦੇ
ਸਿੰਘ ਲਾਲ ਜੀ ਬਾਜੀ ਅੰਦਰ ਆ ਗਿਆ ਨੌਜਵਾਨਾਂ ਮਿਹਰਬਾਨੀ ਹੈ ਥੋੜਾ ਇੱਕ ਮਿੰਟ ਕਿਰਪਾ ਕਰਕੇ ਇੱਥੇ ਰੁਕ ਜਾਓ ਬਾਜੀ ਬੇਨਤੀ ਹੈ ਤਾਂ ਜੇ ਤੁਸੀਂ ਬਾਹਰ ਚਲੇ ਜਾਂਦੇ ਉਦੋਂ ਦਿੱਕਤ ਆਉਂਦੀ ਹੈ ਬਹੁਤ ਮਿਹਰਬਾਨੀ ਇੱਥੇ ਆ ਜਾਓ ਬੜੀ ਮਿਹਰਬਾਨੀ ਗੁੱਸਾ ਨਹੀਂ ਕਰਨਾ ਦੁਨੀਆਂ ਦੇ ਤੁਸੀਂ ਮਹਾਨ ਖਿਡਾਰੀ ਹੋ ਔਰ ਜਗਮੇਲ ਠੱਠੀ ਭਾਈ ਉਹਨਾਂ ਦੇ ਵੱਲੋਂ ਜਲਾਲਾਬਾਦੀ ਹੈ ਸੋਹਣਾ ਉਸ ਯੁੱਗ ਦੀ ਧਰਤੀ ਦਾ ਨਰਪ ਹੈ ਜਿਹੜੇ ਵਾਸ਼ਿੰਗ ਮਸ਼ੀਨਾਂ ਦੇ ਨਾਲ ਜਿਹੜੇ ਮਾਨ ਸਨਮਾਨ ਹੋਣਗੇ ਉਹ ਵੀ 20 ਸਾਲੇ ਦਰਮਿਆਨ ਹੋ ਚੁੱਕੇ ਆ ਲਾਲੀ ਸਾਡੇ ਵੀਰ ਪੰਬੇ ਉਹਨਾਂ ਨੂੰ ਦੇਖ ਲਈਏ ਵੀ ਪੰਬੇ ਆਪਾਂ ਵਾਸ਼ਿੰਗ ਮਸ਼ੀਨਾਂ ਜਿਹੜੀਆਂ ਥੋੜਾ ਲਾਗੇ ਲੈ ਆਈਏ ਕਿਉਂਕਿ ਸਾਡੇ ਵੀਰ ਪੰਬੇ ਉੜੀ ਔਰ ਜੁੜੀ ਪ੍ਰਬੰਧਕ ਜੋਤੀ ਬਾਈ ਗੋਰੇ ਚੀਮੇ ਉੜੀ ਬਾਈ ਗੋਰੇ ਉੜੀ ਅਵਤਾਰ ਉੜੀ ਬਾਈ ਕਾਲੇ ਉੜੀ ਬਾਈ ਸੀਰੇ ਹੋੜੀ ਗੁਰਦੀਪ ਸਿੰਘ ਹੋਣੀ ਬਾਈ ਰਾਜੀ ਹੋਣੀ ਸਵਰਨ ਸਿੰਘ ਹੋਣੀ ਸਾਰੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਅੱਗੇ ਮਾਨ ਸਨਮਾਨ ਦਿੱਤੇ ਜਾਣੇ ਹੈ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਬੇਨਤੀ ਹੈ ਭਾਰਤਪੁਰ ਗਰੜਾ ਦੇ ਸਾਫੋ ਵਾਲੀ ਹਾਂਜੀ ਕੋਟਲੀ ਦਾ ਪਰਾਜ ਹੈ ਜੀ ਗਰੜੇ ਦੇ ਔਰ ਕੋਟਲੀ ਦਾ ਤਰਾਜ ਹੈ ਗਗੜੇ ਤੇ ਉਹ ਵੀ ਰੱਖਦੇ ਆ ਬਾਕੀ ਮੇਰੀ ਫੈਸਲਾ ਕਰੇਗੀ ਔਰ ਨਾਲ ਹੀ ਭਾਰਤਪੁਰ ਗਗੜੇ ਦੀ ਟੀਮ ਤੋਂ ਚੁੱਕੀ ਹੈ ਔਰ ਸਾਰੇ ਦਰਮਿਆਨ ਸਾਫ ਵਾਲਾ ਪਿੰਡ ਜੀ ਇਸ ਤੋਂ ਅੱਗੇ ਮੈਂ ਨਹੀਂ ਲਾਉਂਦਾ ਕਿ ਬੰਦੇ ਪੱਕਾ ਪਿੰਡ ਹੈ ਇਸ ਖਿਡਾਰੀ ਦਾ ਖੇਡ ਮੈਦਾਨ ਵਿੱਚ ਧੱਕੇ ਮਾਰ ਖਿਡਾਰੀ ਨੂੰ ਕਰ ਦਿੰਦਾ ਜਿਹਦਾ ਪਿੰਡ ਵੀ ਆਰੋ ਪੱਕਾ ਉਹਦੇ ਬੰਦੇ ਕਾਬਲੀ ਕਿਸਾਇਆ ਏ ਭਾਵੇਂ ਪਾਸਤਾਨ ਵਿੱਚ ਲੱਖਾ ਕਾਬਲੀ ਕਿਸਾਇਆ ਏ ਭਾਵੇਂ ਪਾਸਤਾਨ ਵਿੱਚ ਲੱਖਾ ਪਿੰਡ ਵੀ ਪਾਸਤਾਨ ਦੀ ਧਰਤੀ ਭਾਵੇਂ ਹੈਰਾਨ ਦਾ ਕਬੱਡੀ ਕੱਪ ਦੁਨੀਆਂ ਵਿੱਚ ਵੱਖਰਾ ਨਾਂ ਇਸ ਆਡਰ ਖਿਡਾਰੀ ਦਾ ਮੁੰਡਾ ਫਰੀਦ ਕੋਟੀਆ ਵਿਸ਼ੇ ਕਾਰਜ ਪੁੱਜਿਆ ਹੋਇਆ ਤੇ ਦੂਸਰੇ ਬੰਨੇ ਸੁੱਖ ਹੈ ਗਰਦੇ ਪਿੰਡ ਵਾਲਾ ਧਾਨੇ ਦਾ ਪਿੰਡ ਹੈ ਤਾਰੀ ਦਾ ਪਿੰਡ ਹੈ ਫਾਜੀ ਦਾ ਪਿੰਡ ਹੈ ਜੱਸ ਦਾ ਪਿੰਡ ਹੈ ਆਹ ਵੀ ਗੱਲ ਜੋੜਾ ਜਿਹੜੇ ਵਾਰ ਸਵਾਰ ਵੀ ਦਿੱਤੇ ਜਾ ਰਹੇ ਨੇ ਸਭ ਦੇ ਇੱਕ ਦੀ ਗੱਲ ਮੁਖਤਿਆਰ ਸਿੰਘ ਵਾਰ ਸੋਹਣੇ ਇਹ ਵੀ ਸਭ ਦਾ ਵਧੀਆ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਮੁਖਤਿਆਰ ਸਿੰਘ ਇਹਦੇ ਨਾਲ ਹੀ ਇਹ ਮੈਚ ਸੁਣਾ ਦੋ ਹੈ ਔਰ ਇਹਦਾ ਇੱਕ ਰਾਜ ਆਇਆ ਸੀ ਇਹ ਫੈਸਲਾ ਪ੍ਰਬੰਧਕ ਵਿਖਾਰੇ ਕਰਦਾ ਹੈ ਅਪਰਾਧ ਆਇਆ ਸੀ ਇਹ ਫੈਸਲਾ ਜਿਹੜਾ ਪ੍ਰਬੰਧਕ ਵਿਖਾਰੇ ਕਰਦਾ ਹੈ ਹੈਲੋ ਟੈਂਟਾਂ ਕੋਲ ਸਟੇਜ ਆਵੇ ਟੈਂਟਾਂ ਆਜੋ ਸ਼ਰਮਾ ਜੀ ਸਟੇਜ ਤੇ ਆਇਓ ਕਮਰੋ ਸਟੂਡੀਓ ਸਟੇਜ ਤੇ ਆਇਓ ਕਿਰਪਾ ਕਰਕੇ ਸ਼ਰਮਾ ਜੀ ਉਧਰਲੇ ਬੰਨੇ ਸਨਮਾਨ ਜਿਹੜੇ ਦਿੱਤੇ ਜਾ ਰਹੇ ਆ ਵਾਸ਼ਿੰਗ ਮਸ਼ੀਨਾਂ ਦੇ ਸਾਡੇ ਵੀਰੇ ਮਿੱਟ ਵਾਲੇ ਵੀਰਾਂ ਨੂੰ ਬੇਨਤੀ ਥੋੜਾ ਕੈਮਰਾ ਇੱਧਰ ਘੁਮਾ ਲਓ ਤੇ ਨਾਲ ਜਿਹੜੀ ਬੇਨਤੀ ਹੈ ਸ਼ਰਮਾ ਸਾਡੇ ਵੀਰ ਸਟੂਡੀਓ ਕਮਲ ਜੀ ਦਾ ਸਟੂਡੀਓ ਜਿਹੜੀਆਂ ਦੋ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਜਲਾਲਾਬਾਦ ਦਾ ਸੋਹਣਾ ਸਾਫੂ ਵਾਲਾ ਦੇ ਸਾਡੇ ਕੋਲੇ ਯਾਰ ਕੋਈ ਇਤਰਾਜ਼ ਨਹੀਂ ਆਇਆ ਜਿਹੜੀ ਟੀਮ ਜੇਤੂ ਆ ਜੇਤੂ ਕਰਾਰ ਦਿਓ
ਜਗੜੇ ਦੀ ਟੀਮ ਮਿਲੀ ਬਾਬਾ ਮੋਤੀਰਾਮ ਕਲੱਬ ਜਗੜੇ ਦੀ ਟੀਮ ਦੋ ਤੋਂ ਵਾਰੀ ਦੋ ਤੋਂ ਨਿਕਲੋ ਬਾਬਾ ਮੋਤੀਰਾਮ ਕਲੱਬ ਜਗੜੇ ਦੀ ਟੀਮ ਉਹ ਜੇਤੂ ਹੈ ਬਾਬਾ ਮੋਤੀਰਾਮ ਕਲੱਬ ਜਗੜੇ ਦੀ ਟੀਮ ਜੇਤੂ ਨਹੀਂ ਹੈ ਬਹੁਤ ਸਤਿਕਾਰ ਕਰਦੇ ਨੇ ਉਹਨਾਂ ਵੱਲੋਂ ਜਿਹੜੀ ਵਾਸ਼ਿੰਗ ਮਸ਼ੀਨ ਦਿੱਤੀ ਜਾਣੀ ਹੈ ਸਾਡੇ ਵੀਰ ਕਰਤਾਰ ਗੋਸਾ ਬੋਲਦਾ ਤੇ ਜਲਾ ਦਾ ਵਾਰੀ ਸੋਹਣਾ ਨੇ ਉਹਨਾਂ ਦੇ ਬਾਤ ਵਾਲੇ ਨਾਲ ਸਨਮਾਨ ਪਹੁੰਚਾ ਰਹੇ ਹੈ ਸਾਢੇ ਦਸ ਤੇ ਗਿਆਰਾਂ ਦਾ ਮੈਚ ਖੇਡਿਆ ਜਾਣਾ ਹੈ ਰੈਫਰੀ ਸਾਹਿਬ ਨੋਟ ਕਰ ਲਓ ਜੀ ਸਾਢੇ ਦਸ ਤੇ ਗਿਆਰਾਂ ਦਾ ਮੈਚ ਖੇਡਿਆ ਜਾਣਾ ਹੈ ਇਹ ਕਿਰਪਾ ਕਰਕੇ ਨੋਟ ਕਰ ਲਓ ਸੁੱਖਾ ਸਾਥੋਂ ਦੇ ਪਿੰਡ ਦਾ ਕਬੱਡੀ ਪਾਉਣਾ ਹੈ ਖੇਡ ਮੈਦਾਨ ਦੇ ਵਿੱਚ ਲਓ ਜਗਾਦੀ ਦੂਜੇ ਪਾਸੇ ਡਰਾਈਵਰ ਬੇਲਾ ਗੜ ਦੀ ਧਰਤੀ ਦਾ ਲਾਹ ਤੱਕਣਾ ਜੈਸਾ ਬੱਲੇ ਬੱਲੇ ਕਰਵਾਉਂਦਾ ਹੋਇਆ ਆਪਣੀ ਟੀਮ ਦੇ ਲਈ ਇਸ ਡਰਾਈਵਰ ਦੇ ਫਾਦਰ ਸਾਹਿਬ ਦੇ ਕਹਿੰਦੇ ਵੀ ਲੰਬਾ ਸਮਾਂ ਕਬੱਡੀ ਖੇਡੀ ਹੈ ਗਗੜੇ ਵਾਲੇ ਜਸਵੰਤ ਫੌਜੀ ਦਾ ਪੁੱਤ ਮੁਬਾਰਕ ਹੈ ਜੀ ਸਾਡੇ ਦੋਹਾਂ ਖਿਡਾਰੀਆਂ ਨੂੰ ਜਿਹਨਾਂ ਨੇ ਸਨਮਾਨ ਵਰਤੇ ਹੈ ਉਹਦੇ ਵਾਲੇ ਗੁਰਵੀਰ ਸਿੰਘ ਦੀ ਖੱਟੀ ਪਾਈ ਕਬੱਡੀ ਦਾ ਮੈਚ ਬਹੁਤ ਹੀ ਲੱਗਦਾ ਹੈ ਉਹਦੇ ਵਾਲੇ ਦੇ ਵੀ ਗਗੜੇ ਪਿੰਡ ਦੀ ਧਰਤੀ ਦਾ ਗੋਲੂ ਨਾ ਸਾਡਾ ਜ਼ਿੰਦਗੀ ਦਾ ਵੀਰ ਛੱਡਾ ਪੁੱਜਿਆ ਹੋਇਆ ਉਹਦੇ ਬੰਦੇ ਜਸ ਰੱਖਣੇ ਵਾਲਾ ਕਹਿੰਦੇ ਵੀ ਪਰਮਾਤਮਾ ਦੀ ਕਿਰਪਾ ਹੋਈ ਪੰਜ ਜਿਹੜੇ ਵੀ ਦਸ ਸਾਲ ਦਾ ਪੰਜ ਹੀ ਹੈ ਮੇਰੇ ਜਦੋਂ ਮਰਜ਼ੀ ਕਨੇਡਾ ਜਾਵੇ ਜਦੋਂ ਮਰਜ਼ੀ ਆਵੇ ਤੇ ਪਰਮਾਤਮਾ ਦੀ ਮਿਹਰ ਹੋਈ ਹੈ ਚੱਲ ਕੇ ਲੱਗਿਆ ਹੈਲੋ ਸਾਡੇ ਕੋਲ ਆ ਜਿਹੜੇ ਸਾਡੇ ਟੈਂਟ ਵਾਲੇ ਵੀਰ ਆ ਸਾਡੇ ਕੋਲ ਉਹ ਇੱਥੇ ਟੈਂਟ ਤੇ ਸਟੇਜ ਤੇ ਆਉਣ ਆਓ ਦੇਖੋ ਜੀ ਸਾਹਮਣੇ ਹੁਣ ਨੌਜਵਾਨ ਫਰੀਦਕੋਟ ਪੁਰਾਣੇ ਵਾਲੇ ਪਿੰਡ ਦਾ ਔਰ ਦੂਜੇ ਪਾਸੇ ਕਹਿੰਦੇ ਵੀ ਅੱਕੇਵਾਲ ਪਿੰਡ ਹੈ ਬੱਚੀ ਅੱਕੇਵਾਲ ਪਿੰਡ ਵਾਲਾ ਬੱਲੇ ਬੱਲੇ ਕਰਵਾਉਂਦਾ ਹੋਇਆ ਆਪਣੀ ਟੀਮ ਦੇ ਲਈ ਫਰੀਦਕੋਟ ਪਿੰਡ ਦਾ ਕਹਿੰਦੇ ਵੀ ਬੰਦਾ ਸਿੰਘ ਸਰਦਾਰ ਅਗਲੀ ਕਬੱਡੀ ਪਾਉਣ ਦੇ ਲਈ ਪਾਦੇ ਹੋਇਆ ਖੇਡ ਮੈਦਾਨ ਦੇ ਵਿੱਚ ਕੁਲਵੰਤ ਕੋਟ ਦੇ ਕਹਿੰਦੇ ਵੀ ਕਬੱਡੀ ਦੀਆਂ ਪ੍ਰੀਮੀਅਰ ਸੁਭਾਵੀ ਹੈ ਤੇ ਦੋਕੇ ਵਾਲੇ ਦੇ ਕਹਿੰਦੇ ਦੀਪ ਸਿੰਘ ਨੇ ਕੈਨੇਡਾ ਤੱਕ ਧੁੱਪਾਂ ਪਾਦੀਆਂ ਕਹਿੰਦੇ ਵੀ ਰਾਜੀ ਰਾਜੀ ਕਿਤੇ ਪ੍ਰੈਸ ਜੋਜ ਵੱਲੋਂ ਪ੍ਰੈਸ ਜੋਜ ਵੱਲੋਂ ਖੇਡਿਆ ਤੇ ਬੱਲੇ ਬੱਲੇ ਕਰਵਾਈ ਜੋ ਕਿ ਸਾਹਮਣੇ ਦੀ ਟੀਮ ਲਈ ਸ਼ਿਕੰਦਰ ਗਰੇਵਾਲ ਦੀ ਟੀਮ ਲਈ ਖੇਡੇ ਆ ਤੇ ਬੱਲੇ ਬੱਲੇ ਕਰਵਾਈ ਕਿਤੇ ਯੂਨਾਈਟਡ ਵੱਲੋਂ ਖੇਡੇ ਆ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਗਗਨ ਜੋ ਕਿ ਮਾਰ ਦੇਖਦਾ ਬਾਅਦ ਹੀ ਤਗੜਾ ਮੈਚ ਕਬੱਡੀ ਦਾ ਵਾਹਿਗੁਰੂ ਦੀ ਮਿਹਰ ਕਹਿੰਦੇ ਆ ਜੋਗੇ ਵਾਲੀ ਗਗਨ ਦੇ ਉੱਪਰ ਭਾਵੇਂ ਜੀਆਂ ਮੇਰ ਸਿੰਘ ਦਾ ਕਬੱਡੀ ਕੱਪ ਭਾਵੇਂ ਕਮਾਲਪੁਰ ਦੀਆਂ ਖੇਡਾਂ ਤੇ ਭਾਵੇਂ ਗੋਟੀਆਂ ਵਾਲੇ ਕਬੱਡੀ ਕੱਪ ਦੇ ਮੋਟਰਸਾਈਕਲ ਦੇ ਫਰਜ਼ਾਂ ਦੇ ਉੱਪਰ ਕਬਜ਼ਾ ਕਰ ਚੁੱਕਾ ਹੈ ਤੇ ਦੂਸਰੇ ਬੰਨੇ ਖੇਡਾਂ ਸਾਬੂ ਵਾਲੇ ਪਿੰਡ ਦੀ ਧਰਤੀ ਦਾ ਕਬੱਡੀ ਮਾਰਿਆ ਖੇਡ ਮੈਦਾਨ ਵਿੱਚ ਤਰਵੰਤ ਦੁਨੀਆਂ ਦਾ ਸਟਾਰ ਭਰ ਗਿਆ ਉਹਦੇ ਬੰਨੇ ਉਸ ਪਿੰਡ ਦਾ ਕਿ ਖੋਖੀ ਕੁੜੀਆਂ ਸ਼ੀਲਾ ਯਾਰੋ ਆਉਂਦਾ ਫੁੱਕਦਾ ਤੇ ਗੜੇ ਦਾ ਜਸ ਵੀ ਕਿਸੇ ਨੂੰ ਰੁਕਦਾ ਤੇ ਗੜੇ ਦਾ ਜਸ ਵੀ ਕਿਸੇ ਨੂੰ ਰੁਕਦਾ ਖਿਡਾਰੀ ਦੁਨੀਆਂ ਦਾ ਮੰਨਿਆ ਧਾਰੀ ਹੈ ਹੈਲੋ
ਤੁਸੀਂ ਕਹਿੰਦੇ ਵੀ ਗੱਜ ਵਾਲੀ ਸਾਡੀ ਹੈ ਜਲ ਵੀ ਨਾ ਜਾਂਦਾ ਪਾਦਲੀ ਕਬੱਡੀ ਪ੍ਰੀਤਮ ਕਬੱਡੀ ਪਾਦਲੀ ਵਾਲਾ ਹੋਇਆ ਬੱਡੀ ਅੱਗੇ ਵਾਲੀ ਅਭਿਸ਼ੇਕ ਕਰਕੇ ਪੁੱਜਿਆ ਹੋਇਆ ਸਾਡੇ ਯੁਵਰਾਜ ਮਾਲੋ ਦੀ ਟੀਮ ਦਾ ਬਹੁਤ ਤਕੜਾ ਪਿਆਰੀ ਹੈ ਜਿਹੜਾ ਵਾਲੀ ਅੱਖਿਆਂ ਦੇ ਨਾਲ ਉਹਦੇ ਬੰਨੇ ਜਿਹੜੀ ਕਬੱਡੀ ਹੈ ਭਾਵੇਂ ਕਹਿੰਦੇ ਵੀ ਬੈਦ ਖਾਲ ਬਾਲ ਬਾਬੇ ਦੀ ਗੱਲ ਕਰੀਏ ਇੱਕ ਬੰਨੀ ਕਬੱਡੀ ਜਿਹੜੀ ਪ੍ਰੀਤਮ ਦੀ ਪੈਦੀ ਹੋਈ ਖੇਡ ਮੈਦਾਨ ਵਿੱਚ ਗੁੱਟ ਫੜ ਕੇ ਵੀ ਗੱਲ ਨੇ ਪਿੰਡ ਦਾ ਖੇਤਰ ਤੇ